27 ਸਾਲਾਂ ਦੀ ਜੇਲ੍ਹ ਤੇ ਵੱਡਾ ਸਿਆਸੀ ਕਤਲ ਮੈਂ ਗੱਲ ਕਰ ਰਿਹਾ ਭਾਈ ਗੁਰਮੀਤ ਸਿੰਘ ਹੋਰਾਂ ਦੀ ਬੇਅੰਤ ਕਤਲ ਕੇਸ ਦੇ ਵਿੱਚ ਗੁਰਮੀਤ ਸਿੰਘ ਨੇ ਬੰਬ ਬਣਾਇਆ ਸੀ ਜੋ ਬਲਾਸਟ ਹੁੰਦੇ ਭਾਈ ਦਿਲਾਵਰ ਸਿੰਘ ਹੋਣੀ ਜਦੋਂ ਇਹ ਵਾਰਦਾਤ ਕਰਨ ਤੋਂ ਪਹਿਲਾਂ ਉਸ ਦੌਰਾਨ ਦੋ ਕੁ ਦਿਨ ਪਹਿਲਾਂ ਮੇਰੇ ਕੋਲ ਮੇਰੇ ਕਮਰੇ ਦੇ ਵਿੱਚ ਉਹਨਾਂ ਰੁਕੇ ਸੀ। 31 ਨੂੰ ਜਦੋਂ ਬਲਾਸਟ ਹੁੰਦਾ ਜਿਵੇਂ ਉਹ ਕਾਗਜ਼ਾਂ 'ਚ ਲਿਖਿਆ ਕਿ 5:10 ਦਾ ਸਮਾਂ ਸੀ, ਮੈਂ ਆਪਣੇ ਕਮਰੇ ਦੇ ਵਿੱਚ ਹੀ ਸੀ। ਜੇ ਸ਼ਾਇਦ ਮੈਂ ਇੰਜੀਨੀਅਰ ਨਾ ਹੁੰਦਾ ਉਹ ਸਕਦਾ ਮੈਂ ਇਸ ਕੇਸ ਦੇ ਵਿੱਚ ਵੀ ਨਾ ਹੁੰਦਾ। ਅੰਮ੍ਰਿਤਪਾਲ ਸਿੰਘ ਕਾਫੀ ਚਰਚਾ 'ਚ ਨੇ, ਜਿਵੇਂ ਤੁਸੀਂ ਪਾਤਸ਼ਾਹੀ ਦਾਅਵੇ ਦੀ ਗੱਲ ਕੀਤੀ, ਅੰਮ੍ਰਿਤਪਾਲ ਸਿੰਘ ਪਾਤਸ਼ਾਹੀ ਦਾਅਵੇ ਦੀ ਗੱਲ ਕਰ ਰਹੇ ਆ, ਵੱਖਰੇ ਸਿੱਖ ਰਾਜ ਦੀ ਗੱਲ ਕਰ ਰਹੇ, ਸੁਣਿਆ ਉਹਨਾਂ ਨੂੰ? ਦੀਪ ਸਿੱਧੂ ਕਾਫੀ ਚਰਚਾ 'ਚ ਰਹੇ, ਦੀਪ ਸਿੱਧੂ ਨੂੰ ਕੁਝ ਲੋਕ ਅੱਜ ਸ਼ਹੀਦ ਕਹਿ ਰਹੇ ਆ। ਦੀਪ ਸਿੱਧੂ ਦਾ ਐਕਸੀਡੈਂਟ ਹੁੰਦਾ ਗਾ ਅਤੇ ਉਸ ਤੋਂ ਬਾਅਦ ਇੱਕ ਗਾਇਕ ਪੰਜਾਬ ਦਾ ਸਿੱਧੂ ਮੂਸੇਵਾਲਾ, ਉਹਨਾਂ ਨੂੰ ਲੈ ਕੇ ਵੀ ਕਿਵੇਂ ਦੇਖਦੇ ਉਹਨਾਂ ਨੌਜਵਾਨਾਂ? ਲੋਕਾਂ ਨੂੰ ਉਹਨਾਂ ਤੋਂ ਲੱਗਿਆ ਵੀ ਹਾਂ ਸ਼ਾਇਦ ਇਹ ਨੌਜਵਾਨ ਅੱਗੇ ਅਗਵਾਈ ਕਰਨਗੇ, ਪਰ ਪਰਮੇਸ਼ਰ ਨੇ ਉਹਨਾਂ ਨੂੰ ਜਿੰਨੇ ਕੁ ਸਵਾਸ ਬਖਸ਼ੇ ਸੀ ਉਹਨੇ ਭੋਗ ਕੇ ਚਲੇ ਗਏ। ਗੁਰਮੀਤ ਸਿੰਘ ਜੇਲ੍ਹ ਤੋਂ ਜਦੋਂ ਪਰੋਲ 'ਤੇ ਆਉਂਦੇ ਆ ਆਪਣੀ ਮਾਂ ਦੀ ਦਵਾਈ ਦੇ ਲਈ ਈ ਰਿਕਸ਼ਾ ਚਲਾਉਂਦੇ ਆ, ਬਾਕੀ ਗੱਲ ਸੱਚ ਆ ਈ ਰਿਕਸ਼ੇ ਵਾਲੀ? ਈ ਰਿਕਸ਼ਾ ਚਲਾਇਆ ਮੈਂ ਜਦੋਂ ਕਰੋਨਾ ਕਾਲ ਦੌਰਾਨ ਸਾਨੂੰ ਲੰਬੀ ਛੁੱਟੀ ਮਿਲੀ ਉਸ ਦੌਰਾਨ ਚਲਾਇਆ। ਅੱਜ 27 ਸਾਲ ਹੋ ਗਏ, ਪਹਿਲਾ ਦਿਨ ਯਾਦ ਆ ਜਦੋਂ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਰਿਮਾਂਡ ਖਤਮ ਹੋਣ ਤੋਂ? ਜਾਂ ਤੁਹਾਨੂੰ ਬਾਹਰ ਲੈ ਕੇ ਲੱਗਦਾ ਵੀ ਆਜ਼ਾਦੀ ਨਹੀਂ ਹੈ, ਹੈ ਨਾ? ਅਤੇ ਸਾਨੂੰ ਤਾਂ ਐਂ ਲੱਗਦਾ ਵੀ ਬਾਹਰ ਆਜ਼ਾਦੀ ਹੈ, ਜੇਲ੍ਹ ਦੇ ਵਿੱਚ ਗੁਲਾਮੀ ਹੈ। ਬੜੈਲ ਜੇਲ੍ਹ ਬ੍ਰੇਕ ਹੁੰਦੀ ਹੈ, ਉਦੋਂ ਕਦੇ ਨਹੀਂ ਤੁਹਾਡੇ ਨਾਲ ਵਾਰਤਾਲਾਪ ਹੋਇਆ ਜੀ? ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਚੋਣ ਲੜਦੇ ਆ, ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ ਹੈ, ਮਾਨ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਕਦੇ ਗਿਲਟੀ ਮਹਿਸੂਸ ਹੁੰਦੀ ਹੈ ਕਿਸੇ ਗੱਲ ਦੀ, ਕਦੇ ਪਛਤਾਪ ਕਿਸੇ ਗੱਲ ਦਾ? ਤੁਹਾਡੇ ਅਕੋਰਡਿੰਗ ਮੂਵਮੈਂਟ ਕਿਵੇਂ ਸੀ? ਮੂਵਮੈਂਟ ਸਹੀ ਸੀ ਜਾਂ ਮੂਵਮੈਂਟ ਗਲਤ ਸੀ, ਇਹਦਾ ਪੜਚੋਲ ਹੋਣੀ ਚਾਹੀਦੀ ਤੁਹਾਨੂੰ ਲੱਗਦਾ? ਪਰਿੰਦੇ ਵੀ ਗਰ ਕੋ ਲੌਟ ਕਰ ਜਾਤੇ ਹੈਂ, ਹਮ ਤੋ ਫਿਰ ਵੀ ਇਨਸਾਨ ਹੈ। 27 ਸਾਲਾਂ ਦੀ ਜੇਲ੍ਹ ਅਤੇ ਵੱਡਾ ਸਿਆਸੀ ਕਤਲ ਮੈਂ ਗੱਲ ਕਰ ਰਿਹਾ ਭਾਈ ਗੁਰਮੀਤ ਸਿੰਘ ਹੋਰਾਂ ਦੀ। ਭਾਈ ਗੁਰਮੀਤ ਸਿੰਘ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ 27 ਸਾਲ ਜੇਲ੍ਹ ਦੇ ਅੰਦਰ ਭੁਗਤ ਚੁੱਕੇ ਨੇ ਅਤੇ ਆਪਣੀ ਉਮਰ ਕੈਦ ਭੁਗਤ ਰਹੇ ਨੇ। ਜੇਲ੍ਹ ਦਾ ਜੀਵਨ ਕੀ ਹੁੰਦਾ? ਮੂਵਮੈਂਟ ਦੇ ਦੌਰਾਨ ਇੱਕ ਵੱਡਾ ਸਿਆਸੀ ਕਤਲ ਹੁੰਦਾ, ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ, ਉਸ ਕਤਲ ਦੇ ਵਿੱਚ ਭਾਈ ਗੁਰਮੀਤ ਸਿੰਘ ਦਾ ਨਾਮ ਵੀ ਆਉਂਦਾ। ਇਸ ਵੇਲੇ ਪੈਰੋਲ 'ਤੇ ਬਾਹਰ ਆਏ ਹੋਏ ਨੇ, ਸਾਡੇ ਨਾਲ ਨੇ ਭਾਈ ਗੁਰਮੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੈਂ ਕਿਹਾ ਕਿ 27 ਸਾਲ ਜੇਲ੍ਹ, 27 ਸਾਲਾਂ ਦਾ ਜੀਵਨ ਕਿਵੇਂ ਬਤੀਤ ਹੋਇਆ ਪਿਛਲਾ? 27 ਸਾਲਾਂ ਦਾ ਜੀਵਨ 27 ਸਾਲਾਂ ਦੇ ਵਿੱਚ ਹੀ ਬਤੀਤ ਹੋਇਆ, ਕਹਿਣ ਨੂੰ ਇੱਕ ਮਿੰਟ ਲੱਗਦਾ ਪਰ ਉਹ ਜੀਵਨ 27 ਸਾਲਾਂ ਦੇ ਵਿੱਚ ਹੀ ਲੰਘਿਆ। 27 ਸਾਲ ਕਿਹੋ ਜਿਹੇ ਸੀ ਉਹ? ਜਿੱਦਾਂ ਇੱਕ ਇੱਕ ਪਲ ਲੰਘਦਾ, ਇੱਕ ਇੱਕ ਦਿਨ ਲੰਘਦਾ, ਉੱਦਾਂ ਦੇ ਹੀ ਸੀ। ਇਹ ਵੀ ਜਿਵੇਂ ਹੁਣ ਬਾਹਰ ਆਏ ਹੋ, ਬਾਹਰ ਆ ਕੇ ਕੀ ਮਹਿਸੂਸ ਹੁੰਦਾ ਅਤੇ ਜਿਹੜਾ ਅੰਦਰ ਦੀ ਜ਼ਿੰਦਗੀ ਕਿਹੋ ਜਿਹੀ ਹੈ ਅਤੇ ਬਾਹਰ ਦੀ ਜ਼ਿੰਦਗੀ, ਦੋਵਾਂ 'ਚ ਫਰਕ ਕੀ ਲੱਗਦਾ? ਜਦੋਂ ਬੰਦਾ ਬਾਹਰ ਹੁੰਦਾ ਉਦੋਂ ਉਹ ਹਰ ਇੱਕ ਚੀਜ਼ ਨੂੰ ਗਰੰਟਡ ਲੈਂਦਾ, ਇਹ ਮੇਰਾ ਹੱਕ ਬਣਦਾ। ਜਦੋਂ ਅੰਦਰ ਹੁੰਦਾ ਉਹਦੇ ਕੋਲ ਸਭ ਕੁਛ ਖੋ ਜਾਂਦਾ, ਉਦੋਂ ਉਹਨੂੰ ਲੱਗਦਾ ਵੀ ਹੱਕ ਨਹੀਂ, ਇਹ ਕਿਰਪਾ ਹੀ ਸੀ ਪਰਮੇਸ਼ਰ ਦੀ। ਇਹ ਫਰਕ ਮੈਨੂੰ ਮਹਿਸੂਸ ਹੋਇਆ। ਵੱਡਾ ਸਿਆਸੀ ਕਤਲ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ, ਉਸ ਕਤਲ ਦੇ ਵਿੱਚ ਤੁਹਾਡਾ ਵੀ ਨਾਂ ਆਉਂਦਾ, ਜਿਹੜੀਆਂ ਫਾਈਲਸ ਨੇ ਉਸ ਕੇਸ ਦੀਆਂ, ਜਿੰਨਾ ਕੁ ਮੈਂ ਸਟੱਡੀ ਕੀਤਾ ਕੇਸ ਨੂੰ, ਤੁਹਾਡਾ ਨਾਂ ਆਉਂਦਾ ਕਿ ਬੇਅੰਤ ਕਤਲ ਕੇਸ ਦੇ ਵਿੱਚ ਗੁਰਮੀਤ ਸਿੰਘ ਨੇ ਬੰਬ ਬਣਾਇਆ ਸੀ ਜੋ ਬਲਾਸਟ ਹੁੰਦਾ। ਤੁਸੀਂ ਮੂਵਮੈਂਟ ਦੇ ਦੌਰਾਨ ਕਿਵੇਂ ਸੰਪਰਕ 'ਚ ਆਏ, ਕੀ ਕੁਝ ਵਾਪਰਿਆ? ਇੱਦਾਂ ਵੀ ਜੇ ਬੰਦੇ ਦਾ ਨਾਂ ਕਿਸੇ ਕਤਲ ਦੇ ਵਿੱਚ ਆ ਜਾਵੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਕਾਤਲ ਹੈ। ਮੈਂ ਤਾਂ ਕੇਵਲ ਹਾਲਾਤਾਂ ਦਾ ਸ਼ਿਕਾਰ ਹਾਂ ਅਤੇ ਇਸ ਦੌਰਾਨ
इस कतल दे नाल मैं यह कहना चाहूँगा कि मेरे नाल तो नजायज हुई है ना, मैं यह सोचता धारनी सी ते ना ही मेरी यह जी कोई रुचि है। किमें विधि किमें बनी, मैं उही पुछ रहा कि तुहाडे बारे कहा जाता कि वह जिहड़ा बंब बनाया सी वह तुसी बनाया सीगा, असैंबल तुसी कीता सीगा एक दिन पहला। यह सरासर झूठ है, मैं नहीं बनाया। और जिहड़ियां फाइल्स ने जिहड़े केस है जज ने जिन्होंने सजावां सुनाईयां उम्र कैद हुई तुहानू 2007 दे विच, उन्होंने वह कागजां दे आधार ते उत्ते बनाईयां हुई हैं, कागज पुलिस ने तैयार किए हैं। मैं एक ही उदाहरण देनी चाहना थानू, जिथे मैं मोहाली कमरे के रहिंदा सी, ठीक है जी, तो यह मेरा पटियाले घर है, वो कमरे इस घर की तलाशी जिदन पुलिस मैं अरैसट करती है उदन ही हो जाती है, तो जिस कमरे के मैं रहना तो जिथे पुलिस कहती है भी इतने साजिश रची गई उत्थे कागजां विच 8 तरीक नूं दिखाई जांदी है वी असीं 8 तरीक नूं तलाशी कीती है, कि इह गल मन्नण योग है। इदां करके जे मैं कोई इत्थे मीडिया सामने केस तां लड़न वास्ते नहीं बैठा, पर मैं दो हरफां दे विच इह गल खत्म करदा कि मेरे नाल नजायज़ होई है, मेरा इस केस नाल संबंध नहीं सी, यानी जो मेरे ते दोष लाए गए ने उह झूठे ने जां वधा के लाए गए ने, है ना। मेरा कोई इस कतल जां बेअंत सिंह मारन नूं जां कोई इहो जिहे जां किसी भी व्यक्ति नूं कतल करन दी मेरी ना कदे कोई इच्छा सी ते ना ही अगे नूं है। जिवें तुसीं कहा कि जिहड़े दोष लाए गए उह वधा के लाए गए, दोष की सी तुहानूं की लगदा? दोष मेरा कोई नहीं सीगा, दोष तां इस तरां वी उह जिद्दां भाई दिलावर सिंह होणी जदों इह वारदात करन तों पहलां जिवें उन्होंने तो दोष लग्या कि उन्होंने वारदात की है, तो बाद दे विच उन्होंने नाल दे साथी मन्ने भी ने, वह कुछ दौरान दो दिन पहला मेरे को मेरे कमरे के उन्होंने रुके सी, आही मेरा दोष है। भाई दिलावर सिंह होरां नाल किवें मुलाकात हुई? भाई दिलावर सिंह पुराने जानकार सी, मित्र सी? हाँ, उन्होंने मैं बचपन तो जानता, तो वह फिर जदों असी वड्डे हो गए वह पुलिस के नौकरी करन लग गए, मैं उधर चंडीगढ़ लगन नौकरी करन लग गया, यानी बचपन के असी काफ़ी कट्ठे खेडे हाँ, लेकिन विच वह बचपन तो जवानी के जोड़ा वो दौरान नौकरी का समय उस दौरान साढ़ा ज़्यादा मिलना जुलना नहीं सी, वो फिर अचानक ही उन्होंने मुलाकात होंगी है उन्होंने दिनों दौरान उन्होंने वालों संपर्क किया जाता, मतलब जदों 31 अगस्त 1995 में कतल होंगे मरहूम मुख्यमंत्री बेअंत सिंह का, उस तो पहला मुलाकात किमें हुई की हो? हाँ, उन्होंने पता सी वो इस इतने है कमरे के इतने मोहाली कमरा लेके रहा, वो मेरे को आए तो रहे मेरे को, इन्नी गल है। कोई होर भी नाल सी उन्हां दे? हाँ, बलवंत सिंह सी उन्हां नाल। बलवंत सिंह राजू जी, तो गलबात नहीं हुई कित्थे चले हो या किवें आए हो या कदे कदे मूवमेंट बारे गलबात नहीं हुई उन्हां नाल? मेरे नाल उन्होंने यह जी कोई गलबात नहीं की। ਤੁਹਾਡੇ ਬਾਰੇ ਕਿਹਾ ਜਾਂਦਾ ਕਿ ਤੁਸੀਂ ਇਨ ਟੱਚ ਸੀਗੇ ਮੂਵਮੈਂਟ ਦੇ ਵਿੱਚ, ਤੁਸੀਂ ਵੀ ਸੀਗੇ ਜਾਂ? ਇਹ ਲੋਕਾਂ ਦੀ ਆਪੋ ਆਪਣੀ ਰਾਏ ਹੈ, ਪਰ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਕਿ ਮੇਰਾ ਇੱਦਾਂ ਦਾ ਕੋਈ ਗੱਲ ਨਹੀਂ ਸੀਗੀ। ਜਿਵੇਂ ਕਿਹਾ ਜਾਂਦਾ ਕਿ ਤੁਸੀਂ ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹੋ, ਤੁਸੀਂ ਇਲੈਕਟ੍ਰੀਕਲ ਦੇ ਵਿਦਿਆਰਥੀ ਰਹੇ ਹੋ, ਤੁਹਾਡੇ ਬਾਰੇ ਇਹ ਪਰਸੈਪਸ਼ਨ ਹੈ ਕਿ ਜਿਹੜਾ ਬੰਬ ਬਣਾਇਆ ਸੀਗਾ ਇੱਕ ਇਲੈਕਟ੍ਰਿਕ ਇੰਜੀਨੀਅਰ ਨੇ, ਤੁਸੀਂ ਬਣਾਇਆ ਸੀ? ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਅਦਾਲਤਾਂ ਦੇ ਵਿੱਚ ਵੀ ਇਹ ਕਹਿੰਦਾ ਰਿਹਾ ਕਿ ਮੈਂ ਤਾਂ ਇੱਕ ਮਕੈਨੀਕਲ ਇੰਜੀਨੀਅਰ ਹਾਂ, ਸੈਸ਼ਨ ਕੋਰਟ ਦੇ ਵਿੱਚ ਦੇ ਫੈਸਲੇ 'ਚ ਲਿਖਿਆ ਕਿ ਇਹ ਇਲੈਕਟ੍ਰੀਕਲ ਇੰਜੀਨੀਅਰ ਹੈ, ਅਤੇ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਲੜਿਆ ਜਾਂਦਾ ਉਹ ਕਹਿੰਦਾ ਵੀ ਇਹ ਇਲੈਕਟ੍ਰੋਨਿਕਸ ਇੰਜੀਨੀਅਰ ਹੈ, ਤਾਂ ਪਹਿਲਾਂ ਹੀ ਮਨ ਬਣਾਈ ਬੈਠੇ ਹਾਂ ਵੀ ਇਹ ਇੰਜੀਨੀਅਰ ਹੈ ਨਹੀਂ ਬਣਾਇਆ ਹੋਣਾ, ਤਾਂ ਜਿਹੜਾ ਵੀ ਇਹਨੂੰ ਡਿਗਰੀ ਠੀਕ ਲੱਗਦੀ ਹੈ ਉਹੀ ਉਹ ਲਿਖ ਦਿੰਦੇ ਹੈ, ਮੈਂ ਕੁਛ ਨਹੀਂ ਕਹਿੰਦਾ। ਹੁਣ ਤੁਸੀਂ ਆਪ ਦੇਖ ਲਓ ਵੀ ਕਰਿਆ ਤਾਂ ਮੈਂ ਮਕੈਨੀਕਲ ਦਾ ਡਿਪਲੋਮਾ, ਉਹ 2 ਡਿਗਰੀਆਂ ਮੈਨੂੰ ਫਾਲਤੂ ਮਿਲੀਆਂ, ਅਤੇ ਇੱਕ ਪਿਕਚਰ ਬਣਾਈ ਹੈ ਉਹਨਾਂ ਨੇ ਉੱਥੇ ਡਾਕਟਰ ਬਣਾਇਆ ਹੋਇਆ, ਇਸ ਕਰਕੇ ਇਹ ਕਈ ਇਹ ਬਿਨਾਂ ਹੀ ਮੈਨੂੰ ਮਿਲੇ ਹੋਏ, ਅਤੇ ਮੈਂ ਇਹਦੇ ਬਾਰੇ ਕੀ ਕਹਾਂ? ਚਲੋ ਜਿੱਦਾਂ ਹੈ ਉੱਦਾਂ ਹੀ ਹੈ, ਮੈਂ ਇੰਨੇ ਉਹਦੇ ਨਾਲ ਲੜ ਨਹੀਂ ਸਕਦਾ, ਬਸ ਜਿੱਦਾਂ ਹੈ ਪਰਮੇਸ਼ਰ ਦੀ ਰਜ਼ਾ 'ਚ ਰਾਜ਼ੀ ਹਾਂ। ਤੁਸੀਂ ਪਰੋਲ 'ਤੇ ਆਏ ਹੋਏ ਹੋ ਹੁਣ, ਤੁਹਾਡੇ ਬਾਰੇ ਮਤਲਬ
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਐਸ ਜੀ ਪੀ ਸੀ ਵੀ ਹੁਣ ਸੰਘਰਸ਼ ਕਰ ਰਹੀ ਹੈ, ਪਹਿਲਾਂ ਵੀ ਮੋਰਚੇ ਲੱਗੇ, ਤਾਂ ਇੱਕ ਧਿਰ ਉਹ ਵੀ ਹੈ, ਇੱਕ ਧਿਰ ਕਹਿ ਰਹੀ ਹੈ ਕਿ ਇਹ ਤਾਂ ਖੁੰਖਾਰ ਅੱਤਵਾਦੀ ਨੇ, ਤਾਂ ਟੈਰਰਿਸਟ ਨੇ, ਇਹਨਾਂ ਨੂੰ ਤਾਂ ਛੱਡਣਾ ਨਹੀਂ ਚਾਹੀਦਾ। ਇਹ ਉਹਨਾਂ ਦੀ ਆਪਣੀ ਮਾਨਤਾ ਹੈ, ਪਰ ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਮੈਂ ਕੋਈ ਖੂੰਖਾਰ ਨਹੀਂ, ਮੈਂ ਤਾਂ ਇੱਕ ਨੋਰਮਲ ਜਿਹਾ ਇਨਸਾਨ ਹਾਂ ਅਤੇ ਸ਼ਾਂਤੀ ਪਸੰਦ, ਅਮਨ ਪਸੰਦ ਵਿਅਕਤੀ ਹਾਂ। ਬਸ ਤੁਹਾਡੇ ਰਾਹੀਂ ਮੈਂ ਇਹੀ ਗੱਲ ਉਹਨਾਂ ਨੂੰ ਪਹੁੰਚਦੀ ਕਰਨੀ ਚਾਹੁੰਦਾ ਕਿ ਮੇਰੇ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੈ ਅਤੇ ਨਾ ਹੀ ਅੱਗੇ ਨੂੰ ਹੋਏਗਾ। ਤੁਸੀਂ ਦੱਸ ਸਕਦੇ ਹੋ ਵੀ ਕਦੋਂ ਭਾਈ ਸਾਹਿਬ ਹੋਰੀ ਆਉਂਦੇ ਆ, ਕਿਹੜਾ ਸਮਾਂ ਸੀ ਉਹ? 30 ਅਗਸਤ ਨੂੰ ਆਉਂਦੇ ਆ ਜਾਂ ਉਸ ਤੋਂ ਪਹਿਲਾਂ ਆਏ ਸੀਗੇ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਰਾਜੂ ਹੋਣਾ? ਕਿੰਨਾ ਸਮਾਂ ਸੀ, ਕਿੰਨੇ ਵਜੇ ਦਾ ਟਾਈਮ ਸੀ ਉਹ 27 ਸਾਲ ਪਹਿਲਾਂ? ਫਲੈਸ਼ਬੈਕ 'ਚ ਆ ਕੇ ਦੱਸ ਸਕਦੇ? ਅੰਦਾਜ਼ਨ 28 ਤਰੀਕ ਦੇ ਆਸ ਪਾਸ ਆਉਂਦੇ ਆ ਜੀ ਉਹ, ਸ਼ਾਮ ਜੇ ਨੂੰ ਇੱਕ ਵਾਰ ਉਹ ਦੇਖ ਜਾਂਦੇ, ਕਹਿੰਦੇ ਹਾਂ ਕੋਈ ਨਹੀਂ ਫਿਰ ਕਦੇ ਤੇਰੇ ਕੋਲ ਰਾਤ ਰਹਿਣ ਵਾਸਤੇ ਆਵਾਂਗੇ। ਫਿਰ ਉਹ 30 ਤਰੀਕ ਦੇ ਆਸ ਪਾਸ ਆਉਂਦੇ ਆ, ਟਾਈਮ ਤਾਂ ਨਹੀਂ ਮੈਨੂੰ ਪਤਾ ਹੈ ਨਾ ਵੀ ਕਿੰਨੇ ਕੁ ਵਜੇ ਆਉਂਦੇ ਹਨ, ਮੈਨੂੰ ਯਾਦ ਨਹੀਂ ਹੈ ਹੁਣ ਤੱਕ। ਅਤੇ ਬਸ 30-31 ਦੇ ਦੌਰਾਨ ਉਹ ਉੱਥੇ ਰਹਿੰਦੇ, ਇਹੀ ਉਹਨਾਂ ਨਾਲ ਮੁਲਾਕਾਤ ਦਾ ਸਮਾਂ ਉਹਨਾਂ ਦਿਨਾਂ ਦੇ ਵਿੱਚ। ਬਾਅਦ ਦੇ ਵਿੱਚ ਤਾਂ ਫਿਰ ਉਹ ਜਦੋਂ ਫੜੇ ਫੁੜੇ ਜਾਂਦੇ ਆ ਫਿਰ ਹੀ ਮਿਲਦੇ ਆ, ਨਹੀਂ ਤਾਂ ਨਹੀਂ। 31 ਨੂੰ ਜਦੋਂ ਬਲਾਸਟ ਹੁੰਦਾ ਤੁਸੀਂ ਕਿੱਥੇ ਸੀ ਉਦੋਂ? 31 ਨੂੰ ਜਦੋਂ ਬਲਾਸਟ ਹੁੰਦਾ, ਜਿਵੇਂ ਉਹ ਕਾਗਜ਼ਾਂ 'ਚ ਲਿਖਿਆ ਕਿ 5:10 ਦਾ ਸਮਾਂ ਸੀ, ਮੈਂ ਆਪਣੇ ਕਮਰੇ ਦੇ ਵਿੱਚ ਹੀ ਸੀਗਾ। ਨਹੀਂ ਮੈਨੂੰ ਨਹੀਂ ਪਤਾ ਲੱਗਿਆ, ਮੈਨੂੰ ਤਾਂ ਖਬਰਾਂ ਸੁਣ ਕੇ ਪਤਾ ਲੱਗਿਆ ਕਿ ਇਹ ਇੱਦਾਂ ਦੀ ਵਾਰਦਾਤ ਹੋਈ ਹੈ। ਪਤਾ ਲੱਗਿਆ ਸੀ ਕਿ ਤੁਸੀਂ ਕਿਹਾ ਕਿ ਖਬਰਾਂ ਸੁਣ ਕੇ ਮੈਨੂੰ ਪਤਾ ਲੱਗਿਆ ਕਿ ਇੱਦਾਂ ਦੀ ਵਾਰਦਾਤ ਹੋਈ ਹੈ, ਤੁਹਾਨੂੰ ਵੀ ਪਤਾ ਲੱਗ ਗਿਆ ਸੀ ਕਿ ਇਹ ਵਾਰਦਾਤ ਕਿਹਨਾਂ ਵੱਲੋਂ ਕੀਤੀ ਗਈ ਜਾਂ ਜਦੋਂ ਨਾਂ ਆ ਗਿਆ ਭਾਈ ਦਿਲਾਵਰ ਸਿੰਘ ਹੋਰਾਂ ਦਾ? ਨਹੀਂ ਮੈਨੂੰ ਇੱਦਾਂ ਨਹੀਂ ਪਤਾ ਲੱਗਿਆ ਕਿ ਇਹ ਵਾਰਦਾਤ ਉਹਨਾਂ ਨੇ ਕੀਤੀ ਹੈ ਜਾਂ ਨਹੀਂ। ਬਾਅਦ ਦੇ ਵਿੱਚ ਜਦੋਂ ਫਿਰ ਪੁਲਿਸ ਨੇ ਇੰਟਰੋਗੇਟ ਕੀਤਾ ਤਾਂ ਜਿੱਦਾਂ ਜਿੱਦਾਂ ਮੇਰੇ ਕੋਲ ਉਹ ਰਹੇ ਸੀ ਜਾਂ ਜੋ ਉਹਨਾਂ ਨੇ ਮੈਨੂੰ ਪੁੱਛਿਆ ਉਸ ਆਧਾਰ ਦੇ ਉੱਤੇ ਫਿਰ ਪਤਾ ਲੱਗਿਆ ਕਿ ਇਹਦੇ ਵਿੱਚ ਸ਼ਾਇਦ ਉਹਨਾਂ ਦਾ ਹੱਥ ਹੈਗਾ। ਜੋ ਤੁਹਾਡੇ ਕੋਲ ਆ ਕੇ ਰਹੇ, ਜਿਵੇਂ ਤੁਸੀਂ ਕਿਹਾ ਕਿ ਦਿਲਾਵਰ ਸਿੰਘ ਮੇਰੇ ਬਚਪਨ ਦੇ ਦੋਸਤ ਸੀ, ਇੰਟਰੋਡਿਊਸ ਕਰਾਇਆ ਤੁਹਾਨੂੰ ਬਲਵੰਤ ਸਿੰਘ ਰਾਜੂ ਹੋਣਾ ਹੋਰਾਂ ਦੇ ਨਾਲ, ਕੀ ਗੱਲਬਾਤ ਹੋਈ, ਉਹ ਕਮਿਊਨੀਕੇਸ਼ਨ ਕੀ ਸੀ? ਬਲਵੰਤ ਸਿੰਘ ਰਾਜੂ ਹੋਣਾ ਨੂੰ ਤਾਂ ਮੈਂ ਜਾਣਦਾ ਸੀ, ਰਾਜੂ ਹੋਣਾ ਤਾਂ ਬਲਵੰਤ ਸਿੰਘ ਨੇ ਹੁਣੇ ਆਪਣੇ ਨਾਲ ਨਾਲ ਲਾਉਣਾ ਸ਼ੁਰੂ ਕੀਤਾ, ਉਦੋਂ ਤਾਂ ਉਹਨੂੰ ਬੰਤ ਕਹਿੰਦੇ ਹੁੰਦੇ ਸੀ ਸਾਰੇ ਜਣੇ। ਇੰਨਾ ਮੈਂ ਜਾਣਦਾ ਸੀ, ਇੱਕ ਅੱਧੀ ਵਾਰ ਮੈਂ ਮਿਲਿਆ ਦਿਲਾਵਰ ਦੇ ਨਾਲ ਉਹਨਾਂ ਨੂੰ ਪਹਿਲਾਂ ਵੀ, ਉਹ ਜਦੋਂ ਅਸੀਂ ਕਦੇ ਇੱਧਰ ਪੋਲੋ ਗਰਾਊਂਡ ਵੱਲ ਅਥਲੈਟਿਕਸ ਵਗੈਰਾ ਕਰਨ ਜਾਂਦੇ ਹੁੰਦੇ ਸੀ ਉੱਥੇ ਮੈਂ ਮਿਲਿਆ ਉਹਨਾਂ ਨੂੰ। ਤੁਸੀਂ ਵੀ ਖੇਡਦੇ ਹੁੰਦੇ ਸੀ? ਹਾਂ ਮੈਂ ਤਾਂ ਪਰ ਫੁੱਟਬਾਲ ਖੇਡਦਾ ਹੁੰਦਾ ਸੀ ਪੰਜਾਬੀ ਯੂਨੀਵਰਸਿਟੀ 'ਚ। ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਕਦੇ ਮਿਲੇ ਹੋ, ਕਿਉਂਕਿ ਉਹ ਸੈਕਸ਼ਨ ਦੇ ਵਿੱਚ ਉਹਨਾਂ ਦਾ ਵੀ ਨਾਂ? ਉਹਨਾਂ ਨੂੰ ਮੈਂ ਨਹੀਂ ਮਿਲਿਆ, ਉਹ ਮੈਂ ਨਹੀਂ ਜਾਣਦਾ ਸੀ ਉਦੋਂ ਤੱਕ ਉਹਨਾਂ ਨੂੰ। ਅਤੇ ਇਹ ਜਿਹੜਾ ਐਕਸ਼ਨ ਹੋਇਆ, ਜਿਵੇਂ ਤੁਸੀਂ ਕਿਹਾ ਕਿ ਉਸ ਤੋਂ ਬਾਅਦ ਪੁਲਿਸ ਕਦੋਂ ਅਰੈਸਟ ਕਰਦੀ ਹੈ, ਤੁਹਾਡਾ ਨਾਂ ਕਦੋਂ ਹੁੰਦਾ, ਤੁਹਾਨੂੰ ਕਦੋਂ ਅਰੈਸਟ ਕੀਤਾ ਜਾਂਦਾ? ਮੈਨੂੰ ਤਾਂ 5 ਸਤੰਬਰ ਨੂੰ ਉਹ ਇੱਦਾਂ ਕਹਿ ਕੇ ਰਹਿ ਜਾਂਦੇ ਵੀ ਹਾਂ ਭਾਈ ਤੂੰ ਦਿਲਾਵਰ ਸਿੰਘ ਨੂੰ ਉਹਨਾਂ ਨੂੰ ਜਾਣਦਾ, ਮੈਂ ਹਾਂਜੀ, ਕਹਿੰਦੇ ਆ ਜਾ ਤੇਰੇ ਨਾਲ ਗੱਲ ਕਰਨੀ ਹੈ, ਬਸ ਉਹ ਦਿਨਾਂ 'ਤੇ ਅੱਜ ਦਾ ਦਿਨ। ਤੁਸੀਂ ਜਦੋਂ 31 ਅਗਸਤ ਨੂੰ ਬਲਾਸਟ ਹੁੰਦਾ ਅਤੇ ਭਾਈ ਦਿਲਾਵਰ ਸਿੰਘ ਦੀ ਵੀ ਮੌਕੇ ਦੇ ਉੱਤੇ ਮੌਤ ਹੁੰਦੀ ਹੈ, ਅਤੇ ਤੁਹਾਨੂੰ ਪਤਾ ਲੱਗ ਗਿਆ ਸੀ ਕੁਛ, ਜਿਵੇਂ ਕਿਹਾ ਕਿ ਅਗਲੇ ਤਰੀਕ ਨੂੰ ਤਾਂ ਅਖਬਾਰ ਵੀ ਆ ਗਿਆ ਹੋਣਾ 1 ਸਤੰਬਰ ਨੂੰ, 1 ਤਰੀਕ ਨੂੰ ਪਤਾ ਲੱਗ ਗਿਆ ਹੋਣਾ ਕਿ ਦਿਲਾਵਰ ਸਿੰਘ ਦਾ ਨਾਂ ਇੱਦਾਂ, ਅਤੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਭੱਜਣ ਦੀ ਜਾਂ ਕੁਛ ਕਰਨ ਦੀ, ਕਿਉਂਕਿ ਤੁਹਾਡੇ ਕੋਲ 1 ਦਿਨ ਪਹਿਲਾਂ ਰਹੇ ਸੀ? ਨਹੀਂ ਮੈਨੂੰ ਇੱਦਾਂ ਦਾ ਪਤਾ ਹੀ ਨਹੀਂ ਲੱਗਿਆ, ਉਦੋਂ ਤਾਂ ਆਇਆ ਨਹੀਂ ਸੀ ਕਿਸੇ ਦਾ ਵੀ ਨਾਂ, ਕੋਈ ਨਾਮ ਨਹੀਂ ਆਇਆ ਸੀ ਉਦੋਂ। ਅਤੇ ਬਾਕੀ ਰਹੀ ਗੱਲ ਵੀ ਮੈਂ ਕਦੇ ਕੋਈ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਹੀ ਇਹ ਵਾਰਦਾਤ ਤੋਂ ਬਾਅਦ, ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਇਹ ਵਾਰਦਾਤ ਦੇ ਵਿੱਚ ਮੈਨੂੰ ਵੀ ਇੱਦਾਂ ਫੜ ਕੇ ਬਿਠਾ ਲੈਣਗੇ। ਦੂਜੀ ਗੱਲ ਇਹ ਹੈ ਵੀ ਫਿਰ ਮੈਂ ਭੱਜ ਕੇ ਇੱਕ ਬੰਦਾ ਜਾ ਵੀ ਕਿੱਥੇ ਸਕਦਾ ਆਪਣੇ ਪਰਿਵਾਰ ਨੂੰ ਛੱਡ ਕੇ, ਬਾਕੀ ਮੈਂ ਭੱਜਣ ਵਾਲਿਆਂ 'ਚੋਂ ਨਹੀਂ, ਖੜ੍ਹਨ ਵਾਲਿਆਂ ਵਿੱਚੋਂ ਹਾਂ। ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜਾ ਉਹ ਬਲਾਸਟ ਹੋਇਆ, ਜਿਹੜਾ ਉਹ ਐਕਸ਼ਨ ਸੀ, ਉਸ ਐਕਸ਼ਨ ਨੂੰ ਕਿਵੇਂ ਦੇਖਦੇ ਹੋ, ਸਹੀ ਸੀ ਜਾਂ ਗਲਤ ਸੀ? ਇਹ ਸਹੀ ਜਾਂ ਗਲਤ ਬਾਰੇ ਤਾਂ ਜਿਨ੍ਹਾਂ ਨੇ ਕੀਤਾ ਉਹੀ ਦੱਸ ਸਕਦੇ ਹਾਂ, ਮੈਂ ਤਾਂ ਤੁਹਾਨੂੰ ਦੱਸਿਆ ਮੈਂ ਹਾਲਾਤਾਂ ਦਾ ਸ਼ਿਕਾਰ ਹਾਂ। ਤੁਹਾਨੂੰ ਜਦੋਂ ਅਰੈਸਟ ਕਰਦੇ ਆ, ਤੁਹਾਨੂੰ ਲੈ ਜਾਂਦੇ, ਤੁਸੀਂ ਕਿਹਾ ਕਿ ਮੈਂ ਆਪਣੇ ਆਫਿਸ 'ਚ ਸੀਗਾ, ਮੈਨੂੰ ਪੁਲਿਸ ਲੈ ਜਾਂਦੀ ਹੈ, ਉਸ ਤੋਂ ਬਾਅਦ ਕੀ ਪੁੱਛ ਗਿੱਛ ਹੁੰਦੀ ਹੈ, ਕੀ ਪੁੱਛਿਆ ਜਾਂਦਾ? ਪੁੱਛਿਆ ਹੀ ਜਾਂਦਾ ਵੀ ਹਾਂ ਉਹ ਤੇਰੇ ਕੋਲ ਰਹੇ, ਕੌਣ ਕੌਣ ਸੀ, ਕਿੱਦਾਂ ਸੀ, ਕਿੰਨਾ ਟਾਈਮ ਰਹੇ, ਮੈਂ ਉਹਨੂੰ ਜੋ ਕੁਛ ਸੱਚ ਸੀ ਦੱਸਤਾ। ਉਸ ਤੋਂ ਬਾਅਦ ਕੀ, ਉਹ ਕਹਿੰਦੇ ਕੋਈ ਗੱਲ ਨਹੀਂ ਹੈ, ਉਸ ਤੋਂ ਬਾਅਦ ਸਾਡਾ ਰਿਮਾਂਡ ਲੈ ਕੇ ਜੇਲ੍ਹ 'ਚ ਭੇਜਤਾ, ਉਸ ਤੋਂ ਬਾਅਦ ਚਲਾਨ 'ਚ ਆਇਆ, ਚਲਾਨ ਦੇ ਵਿੱਚ ਆਹ ਜੋ ਕੁਛ ਉਹਨਾਂ ਨੇ ਬਣਾਉਣੀ ਸੀ ਕਹਾਣੀ ਆਪਣੀ ਬਣਾ ਕੇ ਥੋਪ ਕੀ ਮੇਰੇ ਉੱਤੇ।
ਸੱਚੀ ਝੂਠੀ ਬਣਾ ਕੇ ਉਹਨਾਂ ਨੇ ਆਪਣੀ ਕਹਾਣੀ ਬਣਾਉਣੀ ਸੀ, ਬਣਾ ਤੀ। ਇਹਦੇ ਨਾਲ ਇੱਕ ਜ਼ਿੰਦਗੀ ਖਰਾਬ ਹੁੰਦੀ ਹੈ, ਨਹੀਂ ਹੁੰਦੀ, ਇੱਕ ਪਰਿਵਾਰ ਬਰਬਾਦ ਹੁੰਦਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਤਾਂ ਆਪਣੇ ਨੰਬਰ ਬਣਾਉਣੇ ਸੀ, ਬਣਾ ਲਏ। ਤੁਸੀਂ ਕਿਹਾ ਕਿ ਰਿਮਾਂਡ ਪਹਿਲਾਂ ਲਿਆ ਗਿਆ, ਜਦੋਂ ਅਰੈਸਟ ਕਰ ਲਿਆ ਉਸ ਤੋਂ ਬਾਅਦ ਰਿਮਾਂਡ ਲਿਆ ਗਿਆ, ਟੋਰਚਰ ਕੀਤਾ? ਥੋੜ੍ਹਾ ਬਹੁਤ, ਨਹੀਂ। ਇਹ ਤਾਂ ਹੁਣ ਥਾਣੇ ਜਾਊਗਾ ਬੰਦਾ, ਪੁਲਿਸ ਕੋਲ ਜਾਊਗਾ, ਮਾੜੀ ਮੋਟੀ ਗਿੱਦੜ ਕੁੱਟ ਤਾਂ ਹੁੰਦੀ ਹੀ ਹੈ। ਪਰ ਮੈਂ ਕਹਾਂਗੀ ਮੇਰੇ 'ਤੇ ਬਹੁਤ ਜ਼ਿਆਦਾ ਟੋਰਚਰ ਕੀਤਾ, ਇੱਦਾਂ ਨਹੀਂ ਹੋਇਆ। ਮੈਂ ਉਹਨਾਂ ਨੂੰ ਸਾਰਾ ਕੁਝ ਸੱਚ ਦੱਸਤਾ, ਸ਼ਾਇਦ ਉਹਨਾਂ ਨੂੰ ਮੇਰੇ 'ਤੇ ਯਕੀਨ ਆ ਗਿਆ, ਇਸ ਕਰਕੇ ਉਹਨਾਂ ਨੇ ਨਹੀਂ ਕੀਤਾ। ਹਾਂਜੀ ਹਾਂਜੀ, ਮੈਂ ਉਹੀ ਗੱਲ ਕਹਿੰਦਾ ਨਾ ਕਿ ਯਕੀਨ ਆ ਗਿਆ। ਉਹਨਾਂ ਨੂੰ ਪਾਉਣ ਵਾਸਤੇ ਕੇਸ ਤਾਂ ਬੰਦਾ, ਉਹਨਾਂ ਨੇ ਅਰੈਸਟ ਸ਼ੋਅ ਕੀਤੀ, ਉਹਨਾਂ ਨੇ ਕਹਾਣੀ ਤਾਂ ਸੁਣਾਉਣੀ ਹੈ ਨਾ, ਉਹ ਆਪਣੇ ਤਰੀਕੇ ਨਾਲ ਸੁਣਾਉਂਦੇ ਆ। ਹੁਣ ਪਤਾ ਲੱਗਿਆ ਇੰਨਾ ਕਿ ਇਹ ਹੈ, ਇੱਦਾਂ ਕਰਕੇ ਇਸ ਬੰਦੇ ਦੇ ਉੱਤੇ ਇੱਦਾਂ ਕਰਕੇ, ਕਹਾਣੀ ਬਣਾਉਣ ਦੇ ਵਿੱਚ ਉਹ ਮਾਹਰ ਹੈ, ਠੀਕ ਹੈ ਨਾ, ਦੇ ਆਰ ਮਾਸਟਰ ਸਟੋਰੀ ਟੈਲਰ। ਅੱਜ 27 ਸਾਲ ਹੋ ਗਏ, ਪਹਿਲਾ ਦਿਨ ਯਾਦ ਆ ਜਦੋਂ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਰਿਮਾਂਡ ਖਤਮ ਹੋਣ ਤੋਂ ਬਾਅਦ? ਹਾਂਜੀ ਹਾਂ, ਯਾਦ ਹੈ। ਕੁਛ ਵੀ ਨਹੀਂ, ਜੇਲ੍ਹ ਦੇ ਵਿੱਚ ਤਾਂ ਜਾ ਕੇ ਬੰਦ ਕਰ ਦਿੰਦੇ ਆ, ਉਹ ਇੱਕ ਚੱਕੀ ਦੇ ਵਿੱਚ ਬੰਦ ਕਰਤਾ, ਠੀਕ ਹੈ। ਕਿੰਨੇ ਬਾਈ ਕਿੰਨੇ ਦੀ ਸੀ ਚੱਕੀ? ਹੋਣੀ, ਇੱਦਾਂ ਤਾਂ ਮੈਨੂੰ ਮਿੰਤੀਆਂ ਦਾ ਤਾਂ ਪਤਾ ਨਹੀਂ, ਹੋਣੀ 10x12 ਦੀ ਇੱਦਾਂ ਦੇ ਆਸ ਪਾਸ ਹੋਊਗੀ। ਨਾਲ ਹੋਰ ਵੀ ਸੀ ਕੋਈ ਜਿਹੜੇ ਇਸੇ ਐਕਸ਼ਨ ਨਾਲ ਸੰਬੰਧਿਤ ਲੋਕ? ਕੌਣ ਕੌਣ ਸੀ? ਉਸ ਵੇਲੇ ਲਖਵਿੰਦਰ ਸਿੰਘ ਸੀਗਾ, ਹਾਂ, ਬਸ ਅਸੀਂ ਦੋਏ ਜਣੇ ਸੀ। ਉਹਨੂੰ ਅੱਡ ਚੱਕੀ 'ਚ ਬੰਦ ਕਰਤਾ, ਮੈਨੂੰ ਅੱਡ ਚੱਕੀ 'ਚ ਬੰਦ ਕਰਤਾ, ਇਕੱਠਿਆਂ ਨੂੰ ਨਹੀਂ, ਅੱਡ ਅੱਡ। ਉਸ ਤੋਂ ਬਾਅਦ ਦਿਨ ਕਿਵੇਂ ਲੰਘੇ ਜੇਲ੍ਹ ਦੇ ਅੰਦਰ? ਕੁਛ ਨਹੀਂ, ਬਸ ਜਦ ਬੰਦੇ ਨੂੰ ਇੱਕ ਬੰਦੇ ਦੀ ਨੋਰਮਲ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਜੇਲ੍ਹ 'ਚ ਜਾਂਦਾ, ਤਾਂ ਸਦਮਾ ਤਾਂ ਉਹਨੂੰ ਲੱਗਦਾ ਹੀ ਹੈ, ਮੈਨੂੰ ਵੀ ਲੱਗਿਆ। ਪਰ ਹੌਲੀ ਹੌਲੀ ਕਿੰਨੇ ਕੁ ਦਿਨ ਬੰਦਾ ਰੋਊਗਾ, ਕਿੰਨੇ ਕੁ ਦਿਨ ਹੱਸੂਗਾ, ਉਹ ਉਹਨਾਂ ਹਾਲਾਤਾਂ 'ਚ ਢਲ ਜਾਂਦਾ, ਅਤੇ ਮੈਂ ਵੀ ਆਪਣੇ ਆਪ ਨੂੰ ਢਲਣ ਦੀ ਕੋਸ਼ਿਸ਼ ਕੀਤੀ। ਹਾਂ, ਮਨ 'ਚ ਤਾਂ ਖਿਆਲ ਹਮੇਸ਼ਾ ਹੀ ਆਉਂਦੇ ਰਹਿੰਦੇ, ਜਿੱਦਾਂ ਕਿ ਹੁਣ ਜੋ ਹੋਣਾ ਸੀ ਉਹ ਤਾਂ ਹੋ ਲਿਆ, ਇਹ ਦੇਖ ਲਓ ਵੀ ਤੁਸੀਂ ਹੁਣ ਰੋ ਕੇ ਕੱਟਣੀ ਆ ਕਿ ਹੱਸ ਕੇ ਕੱਟਣੀ ਆ, ਦੇਖ ਲਓ। ਪੰਗਾ ਤਾਂ ਉਹਨਾਂ ਨੇ, ਕੇਸ ਤਾਂ ਵੱਡੇ 'ਚ ਫਸ ਗਏ ਆ, ਹੁਣ ਦੇਖੋ ਜਿੱਦਾਂ ਤੁਸੀਂ ਕੱਟਣੀ ਹੈ ਕੱਟਣੀ ਪੈਣੀ ਹੈ। ਜਗਤਾਰ ਸਿੰਘ ਹਵਾਰਾ ਵੀ ਬੜੈਲ ਜੇਲ੍ਹ ਦੇ ਵਿੱਚ ਰਹੇ, ਕਦੇ ਮੁਲਾਕਾਤ ਨਹੀਂ ਹੋਈ ਉਹਨਾਂ ਦੇ ਨਾਲ? ਹੋਈ, ਮੈਂ ਬਾਅਦ 'ਚ ਜੋ ਫੜੇ ਜਾਂਦੇ ਆ, ਸਾਡਾ ਕੇਸ ਟ੍ਰਾਇਲ ਚੱਲਿਆ, ਇਕੱਠਾ ਹੀ ਚੱਲਿਆ। ਕੋਈ ਗੱਲਬਾਤ ਨਹੀਂ, ਕਹਿੰਦੇ ਵੀ ਠੀਕ ਹੈ, ਫੜ ਹੋ ਗਿਆ, ਉਹ ਵੀ ਫੜ ਹੋ ਗਿਆ, ਅਸੀਂ ਫੜ ਹੋ ਗਏ, ਉਹ ਆਪਣਾ ਟਾਈਮ ਪਾਸ ਕਰੀ ਜਾਂਦੇ ਸੀ, ਅਸੀਂ ਆਪਣਾ ਕਰੀ ਜਾਂਦੇ ਸੀ। ਅੰਦਰ ਵਾਰਤਾਲਾਪ ਤਾਂ ਹੁੰਦੀ ਹੋਊਗੀ, ਇਕੱਠੇ ਇੱਕੋ ਕੇਸ ਦੇ ਵਿੱਚ ਸੀਗੇ? ਵਾਰਤਾਲਾਪ ਇੱਦਾਂ ਵੀ ਕੇਸ ਦੇ ਵਿੱਚੋਂ ਆਹ ਵਕੀਲ ਕਰਨਾ, ਇਹ ਕਰਨਾ, ਆਪਣੇ ਕੋਲ ਤਾਂ ਵਕੀਲਾਂ ਨੂੰ ਪੈਸੇ ਦੇਣ ਜੋਗੇ ਹੈਗੇ ਨਹੀਂ ਸੀ, ਉਹੀ ਕਰਦੇ ਸੀ ਜਿਹੜਾ ਹੋ ਗਿਆ ਵਾ, ਠੀਕ ਹੈ, ਕਿਉਂਕਿ ਮੇਰੇ ਕੋਲ ਤਾਂ ਨਾ ਸਾਧਨ ਹੈ ਵਕੀਲਾਂ ਨੂੰ ਕਰਨ ਦੇ, ਨਾ ਹੀ ਕੋਈ ਉਹ, ਨਾ ਹੀ ਸਾਡੇ ਕੋਲ ਕੋਈ ਐਡੀ ਪ੍ਰੋਪਰਟੀ ਹੈ, ਜੋ ਕੁਛ ਸੀ ਬਸ ਉਹ ਪੜ੍ਹਾਈ ਲਿਖਾਈ ਸੀ, ਉਹੀ ਮੇਰੀ ਤਾਂ ਪੜ੍ਹਾਈ ਲਿਖਾਈ ਸੀ ਮੇਰੇ ਵਿਰੁੱਧ, ਜਦ ਸਮਾਂ ਆਇਆ ਤਾਂ ਮੇਰੀਆਂ ਜੜਾਂ 'ਚ ਬੈਠੀ ਹੈ, ਕਿਵੇਂ ਕਹਿੰਦੇ ਹੈ ਨਾ, ਜੇ ਸ਼ਾਇਦ ਮੈਂ ਇੰਜੀਨੀਅਰ ਨਾ ਹੁੰਦਾ, ਉਹ ਹੋ ਸਕਦਾ ਮੈਂ ਇਸ ਕੇਸ ਦੇ ਵਿੱਚ ਵੀ ਨਾ ਹੁੰਦਾ। ਤੁਸੀਂ ਕਿਹਾ ਕਿ ਅੰਦਰ ਗੱਲਾਂ ਬਾਤਾਂ ਹੁੰਦੀਆਂ ਸੀ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਨਾਲ, ਕਦੇ ਮੂਵਮੈਂਟ ਨੂੰ ਲੈ ਕੇ ਗੱਲ ਹੋਈ, ਕਦੇ ਉਹਨਾਂ ਨੇ ਨਹੀਂ ਕੀਤੀ? ਇਸ ਤਰ੍ਹਾਂ ਵੀ ਉਹ ਅੱਡ ਰਹਿੰਦੇ ਸੀ, ਮੈਂ ਅੱਡ ਰਹਿੰਦਾ ਸੀ, ਹੁੰਦੇ ਸੀ ਉਦੋਂ ਤਾਂ ਜਿੱਦਾਂ ਕੋਈ ਸਮਾਗਮ ਹੋਇਆ ਉਸ ਸਮੇਂ ਤਾਂ ਬੰਦਾ ਜਾਂ ਪਾਠ ਕਰ ਰਿਹਾ ਹੁੰਦਾ ਜਾਂ ਕੀਰਤਨ ਕਰ ਰਿਹਾ ਹੁੰਦਾ, ਉਦੋਂ ਤਾਂ ਮੂਵਮੈਂਟ ਦੀ ਕੋਈ ਗੱਲ ਨਹੀਂ ਕਰਦਾ, ਬਸ ਫਤਿਹ ਦੀ ਸਾਂਝ ਸੀ। ਕੋਈ ਘਟਨਾ ਯਾਦ ਆ, ਕੋਈ ਗੱਲ ਕੀਤੀ ਹੋਵੇ ਕਦੇ ਉਹਨਾਂ ਨੇ, ਕੋਈ ਆਮ ਜ਼ਿੰਦਗੀ ਦੀਆਂ ਰੂਟੀਨ ਦੀਆਂ ਗੱਲਾਂ ਕਦੇ ਸਾਂਝੀਆਂ ਕੀਤੀਆਂ ਹੋਣ? ਉਹ ਆਪਣੇ ਇੰਨਾ ਉਹ ਅੱਡ ਰਹਿੰਦੇ ਸੀ ਨਾ, ਮੈਂ ਕਿਹਾ ਉਹ ਹੱਥਾਂ ਵੀ ਉਹਨਾਂ ਦਾ ਅੱਡ ਸੀਗਾ, ਹਾਂ, ਸਾਡਾ ਤਾਂ ਫਤਿਹ ਤੱਕ ਦੀ ਸਾਂਝ ਸੀ ਉਹਨਾਂ ਨਾਲ। ਅਤੇ ਜਦੋਂ ਬੜੈਲ ਜੇਲ੍ਹ ਬ੍ਰੇਕ ਹੁੰਦੀ ਹੈ ਉਦੋਂ ਕਦੇ ਨਹੀਂ ਤੁਹਾਡੇ ਨਾਲ ਵਾਰਤਾਲਾਪ ਹੋਇਆ ਜਾਂ? ਉਹ ਅੱਡ ਹੀ ਰਹਿੰਦੇ ਸੀ ਨਾ, ਮੈਂ ਅੱਡ ਰਹਿੰਦਾ ਸੀ, ਉਹ ਅੱਡ ਹਾਲ ਬੈਰਕ ਦੇ ਵਿੱਚੋਂ ਗਏ ਆ, ਮੈਂ ਅੱਡ ਬੈਰਕ ਦੇ ਵਿੱਚ ਰਹਿੰਦਾ ਸੀ, ਠੀਕ ਹੈ ਨਾ, ਉਹ ਘੱਟੋ ਘੱਟ ਮੈਂ ਕਹਿੰਦਾ ਚਲੋ ਜਿੱਦਾਂ ਕਹਿੰਦੇ ਵੀ ਬੈਰਕ ਜੇਲ੍ਹ ਦੇ ਵਿੱਚ ਤਾਂ ਇੱਕ ਚੱਕੀ ਤੋਂ ਇੱਕ ਚੱਕੀ ਵੀ ਕਾਫੀ ਦੂਰੀ ਹੈ, ਦੂਰੀ ਕਹਿਣ ਤੋਂ ਭਾਵ ਇਹ ਨਹੀਂ ਹੈ ਵੀ ਉਹ ਦੂਰੀ ਕੰਧ ਤਾਂ ਨਾਲ ਹੀ ਹੈ, ਪਰ ਜੇ ਤੁਹਾਨੂੰ ਖੋਲ੍ਹਣਗੇ ਤਾਂ ਹੀ ਤੁਸੀਂ ਮਿਲੋਗੇ ਨਾ, ਇੱਦਾਂ ਹੀ ਉਹ ਤਾਂ ਬੈਰਕ ਵੀ ਅੱਡ ਸੀ, ਚੱਕੀਆਂ ਤਾਂ ਅੱਡ ਗਈ, ਉਹ ਅੱਡ ਹੀ ਬੈਰਕ ਦੇ ਵਿੱਚੋਂ ਗਏ ਹੈ, ਉਹ ਤਾਂ ਉੱਥੋਂ ਘੱਟੋ ਘੱਟ ਮੈਨੂੰ ਲੱਗਦਾ 100-150 ਮੀਟਰ ਦੀ ਦੂਰੀ 'ਤੇ ਹੋਣੇ ਸਾਡੇ ਤੋਂ,
ਤੁਹਾਨੂੰ ਪਤਾ ਲੱਗ ਗਿਆ ਸੀਗਾ ਜਦੋਂ ਬੜੈਲ ਜੇਲ੍ਹ ਬ੍ਰੇਕ ਹੁੰਦੀ ਹੈ? ਹਾਂ, ਜਦੋਂ ਆ ਕੇ ਉੱਥੇ ਹਫੜਾ ਦਫੜੀ ਮੱਚੀ ਅਗਲੇ ਦਿਨ ਕਿ ਉਹ ਭੱਜ ਗਏ ਇੱਦਾਂ। ਹਾਂ, ਸਾਨੂੰ ਪਤਾ ਲੱਗਿਆ। ਕੁਛ ਨਹੀਂ, ਹੈਰਾਨੀ ਹੋਈ ਵੀ ਭੱਜ ਗਏ ਇੱਦਾਂ ਕਿੱਦਾਂ, ਹੈ ਨਾ। ਜੇਲ੍ਹ 'ਚੋਂ ਭੱਜਣਾ ਹੈ ਤਾਂ ਔਖਾ ਹੀ ਹੈ, ਇੰਨੀ ਸਿਕਿਉਰਿਟੀ ਵਾਲੀ ਜੇਲ੍ਹ ਹੈ। ਤੁਹਾਡੇ ਮਨ 'ਚ ਨਹੀਂ ਆਏਗਾ ਵੀ ਮਤਲਬ ਬਾਹਰ ਜਾਣਾ ਚਾਹੀਦਾ ਹੋਣਾ, ਇੰਨਾ ਸਮਾਂ ਹੋ ਗਿਆ? ਮੈਂ ਹਮੇਸ਼ਾ ਇੱਦਾਂ ਹੀ ਸੋਚਿਆ ਵੀ ਮੈਂ ਇੱਕ ਦਿਨ ਪਰਮੇਸ਼ਰ ਮੇਰੇ 'ਤੇ ਕਿਰਪਾ ਕਰੂਗਾ, ਮੈਂ ਇੱਕ ਨੰਬਰ ਦੇ ਵਿੱਚ ਹੀ ਬਾਹਰ ਆਵਾਂਗਾ। ਅਤੇ ਸੱਚੇ ਪਾਤਸ਼ਾਹ ਨੇ ਮੇਰੀ ਵੀ ਅਰਦਾਸ ਬੇਨਤੀ ਸੁਣੀ, ਮੈਂ ਅੱਜ ਇੱਕ ਨੰਬਰ ਦੇ ਵਿੱਚ ਹੀ ਬਾਹਰ ਤੁਹਾਡੇ ਨਾਲ ਆਪਣੇ ਘਰ ਵਿੱਚ ਬੈਠ ਕੇ ਗੱਲਬਾਤ ਕਰ ਰਿਹਾ ਹਾਂ। ਮਤਲਬ ਜਿਵੇਂ ਤੁਹਾਡੇ ਬਾਰੇ ਪਰਸੈਪਸ਼ਨ ਇਹੀ ਹੈ ਕਿ ਮੂਵਮੈਂਟ ਦਾ ਪਾਰਟ ਹੋ ਤੁਸੀਂ ਵੀ ਮੂਵਮੈਂਟ ਲੜੀ ਹੈ, ਤੁਹਾਡੇ ਅਕੋਰਡਿੰਗ ਮੂਵਮੈਂਟ ਕਿਵੇਂ ਸੀ? ਮੂਵਮੈਂਟ ਸਹੀ ਸੀ ਜਾਂ ਮੂਵਮੈਂਟ ਗਲਤ ਸੀ? ਇਹਦਾ ਪੜਚੋਲ ਹੋਣੀ ਚਾਹੀਦੀ ਤੁਹਾਨੂੰ ਲੱਗਦਾ? ਇੱਦਾਂ ਵੀ ਮੈਂ ਤੁਹਾਨੂੰ ਦੱਸਿਆ, ਮੈਂ ਇੱਕ ਹਾਲਾਤਾਂ ਸ਼ਿਕਾਰ ਹਾਂ ਜਿਨ੍ਹਾਂ ਨੇ ਮੂਵਮੈਂਟ ਸ਼ੁਰੂ ਕੀਤੀ, ਜਿਹੜੇ ਵਿੱਚ ਸੀ ਸੋਚ ਸਮਝ ਕੇ ਆਏ ਹੋਣੇ, ਉਹ ਵੀ ਉਹ ਹੀ ਦੱਸ ਸਕਦੇ ਹੈ ਠੀਕ ਆਏ ਗਲਤ ਆਏ। ਮੈਂ ਤਾਂ ਇੱਕ ਹਾਲਾਤਾਂ ਦਾ ਸ਼ਿਕਾਰ ਹਾਂ, ਮੈਂ ਨਾ ਹੀ ਮੇਰਾ ਕੋਈ ਰਾਜਨੀਤੀ, ਨਾ ਹੀ ਕੋਈ ਮੇਰਾ ਕੋਈ ਅਹੁਦੇਦਾਰੀ ਦੇ ਵਿੱਚ। ਅਸੀਂ ਤਾਂ ਫਕੀਰੀ ਵਾਲੇ ਪਾਸੇ ਵਾਲੇ ਬੰਦੇ ਹਾਂ, ਹੈ ਨਾ। ਕੋਈ ਤਿੰਨ ਕੱਪੜਿਆਂ 'ਚ ਜੀਵਨ ਕਿੱਦਾਂ ਬਤੀਤ ਕਰਨਾ, ਤੁਸੀਂ ਆਪਣਾ ਜੀਵਨ ਸ਼ਾਂਤਮਈ ਕਿੱਦਾਂ ਬਤੀਤ ਕਰਨਾ, ਤੁਸੀਂ ਜਾਣਨਾ ਚਾਹੁੰਦੇ ਹੋ ਮੇਰੇ ਕੋਲ ਆ ਸਕਦੇ ਹਾਂ। ਰਾਜ ਕਿੱਦਾਂ ਕਰਨੇ, ਬਾਦਸ਼ਾਹੀਆਂ ਕਿੱਦਾਂ ਲੈਣੀਆਂ, ਹੈ ਨਾ, ਜਥੇਬੰਦੀਆਂ ਕਿੱਦਾਂ ਖੜੀਆਂ ਕਰਨੀਆਂ, ਇਹ ਉਹੀ ਦੱਸ ਸਕਦੇ ਹਾਂ, ਇਹ ਮੇਰਾ ਵਿਸ਼ਾ ਨਹੀਂ ਹੈ। ਪਾਤਸ਼ਾਹੀ ਦੀ ਗੱਲ ਕੀਤੀ ਹੈ ਤੁਸੀਂ, ਖਾਲਿਸਤਾਨ ਦੀ ਗੱਲ ਹੁੰਦੀ ਹੈ, ਖਾਲਿਸਤਾਨ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ? ਅਸੀਂ ਤਾਂ ਚਾਹੇ ਖਾਲਿਸਤਾਨ ਬਣ ਜਾਏ ਚਾਹੇ ਹਿੰਦੁਸਤਾਨ, ਆਪਣੀ ਮਿਹਨਤ ਕਰਕੇ ਹੀ ਰੋਟੀ ਖਾਣੀ ਹੈ, ਠੀਕ ਹੈ। ਸਾਨੂੰ ਨਾ ਕਿਸੇ ਨੇ ਅਹੁਦੇਦਾਰੀ ਦੇਣੀ ਹੈ, ਨਾ ਹੀ ਅਸੀਂ ਉਹਦੇ ਯੋਗ ਹਾਂ। ਹਾਂ, ਕੋਈ ਫਕੀਰੀ ਲੈਣੀ ਹੈ, ਕੋਈ ਸਾਧਾਂ ਵਾਲਾ ਜੀਵਨ ਬਤੀਤ ਕਰਨਾ, ਆ ਜਾਇਓ, ਆਪਾਂ ਤੁਹਾਡਾ ਸਹਿਯੋਗ ਕਰ ਦਾਂਗੇ। ਵੱਖਰੇ ਸਿੱਖਰਾਜ ਦੀ ਗੱਲ ਹੁੰਦੀ ਹੈ, ਹੋਣਾ ਚਾਹੀਦਾ? ਜਦੋਂ ਵੀ ਕਿਸੇ ਵੀ ਵਿਅਕਤੀ ਨੂੰ ਆਪਣੇ ਘਰ ਦੇ ਵਿੱਚ ਲਾ ਲਓ, ਸਮਾਜ 'ਚ ਲਾ ਲਓ, ਉਹਨੂੰ ਉਹਦਾ ਬਣਦਾ ਸਤਿਕਾਰ ਨਹੀਂ ਮਿਲਦਾ, ਤਾਂ ਅੱਡੋ ਅੱਡੀ ਦੁਨੀਆ ਹੁੰਦੀ ਆਈ ਹੈ, ਫਿਰ ਇਕੱਠੇ ਹੁੰਦੇ ਰਹਿੰਦੇ, ਫਿਰ ਅੱਡ ਹੁੰਦੇ ਰਹਿੰਦੇ, ਫਿਰ ਇਕੱਠੇ ਹੋ ਜਾਂਦੇ, ਇਹ ਬਣਦੇ ਟੁੱਟਦੇ ਰਹਿੰਦੇ ਹਨ, ਇਹ ਰਿਸ਼ਤਿਆਂ ਦੇ ਵਿੱਚ, ਸਮਾਜ ਦੇ ਵਿੱਚ, ਦੇਸ਼ਾਂ ਦੇ ਵਿੱਚ ਹੁੰਦਾ ਰਹਿੰਦਾ, ਉਹ ਹੀ ਜਾਂਦਾ। ਕੁਛ ਨਹੀਂ, ਮੈਂ ਇਸ ਗੱਲ ਦੇ ਉੱਤੇ ਜ਼ਿਆਦਾ ਆਪਣੇ ਸੋਚਦਾ ਹੀ ਨਾ ਵਿਚਾਰਦਾ ਹਾਂ। ਹੁਣ ਤੁਸੀਂ ਬਾਹਰ ਆਏ ਹੋਏ ਹੋ ਇੰਨੇ ਦਿਨੀ, ਅੰਮ੍ਰਿਤਪਾਲ ਸਿੰਘ ਕਾਫੀ ਚਰਚਾ 'ਚ ਨੇ, ਜਿਵੇਂ ਤੁਸੀਂ ਪਾਤਸ਼ਾਹੀ ਦਾਅਵੇ ਦੀ ਗੱਲ ਕੀਤੀ, ਅੰਮ੍ਰਿਤਪਾਲ ਸਿੰਘ ਪਾਤਸ਼ਾਹੀ ਦਾਅਵੇ ਦੀ ਗੱਲ ਕਰ ਰਹੇ ਆ, ਵੱਖਰੇ ਸਿੱਖ ਰਾਜ ਦੀ ਗੱਲ ਕਰ ਰਹੇ, ਸੁਣਿਆ ਉਹਨਾਂ ਨੂੰ? ਹਾਂ, ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ ਸੀ ਉਦੋਂ ਮੈਨੂੰ ਇੱਕ ਦੋ ਤੁਹਾਡੇ ਵਰਗੇ ਸੱਜਣ ਮਿਲੇ, ਜਿਨ੍ਹਾਂ ਨੇ ਮੈਨੂੰ ਦੱਸਿਆ ਵੀ ਉਹ ਇੱਦਾਂ ਕਰਕੇ ਹੈ। ਇੱਕ ਦੋ ਵੀਡੀਓ ਦੇਖੀਆਂ ਮੈਂ ਉਹਨਾਂ ਦੀਆਂ, ਉਹਨਾਂ ਦਾ ਆਪਣੀ ਗੱਲ ਕਹਿਣ ਦਾ ਤਰੀਕਾ, ਬਸ ਮੈਂ ਉਹਨਾਂ ਦੀ ਇੰਨੀ ਕੁ ਗੱਲ ਨਾਲ ਸਹਿਮਤ ਹਾਂ ਵੀ ਜਿਹੜਾ ਉਹ ਅੰਮ੍ਰਿਤ ਛਕਾਉਣ ਵੱਲ, ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਚੰਗੇ ਜੀਵਨ ਵੱਲ ਪ੍ਰੇਰ ਰਹੇ ਨੇ, ਇੰਨੀ ਕੁ ਗੱਲ ਵਾਸਤੇ ਸਹਿਮਤ ਹਾਂ। ਬਾਕੀ ਜਿਹੜੇ ਰਾਜ ਲੈਣੇ ਨਹੀਂ ਲੈਣੇ, ਇਹ ਉਹ ਸੋਚ ਕੇ ਜਿੱਦਾਂ ਕਰ ਰਹੇ, ਇਹਨਾਂ ਬਾਰੇ ਉਹੀ ਦੱਸ ਸਕਦੇ ਹਾਂ। ਯਾਨੀ ਇੱਕ ਸਿੱਖ ਬਣਾਉਣ ਵਾਸਤੇ, ਸਬਤ ਸੂਰਤ ਬਣਨ ਵਾਸਤੇ, ਚੰਗੇ ਜੀਵਨ ਵਾਸਤੇ, ਗੁਰੂ ਨਾਲ, ਗੁਰਬਾਣੀ ਨਾਲ, ਬਾਣੀ ਨਾਲ, ਬਾਣੇ ਨਾਲ ਜੋੜਨਾ, ਇਹ ਤਾਂ ਚੰਗਾ ਕੰਮ ਹੀ ਹੈ। ਸਹਿਮਤ ਕਿਹੜੀ ਗੱਲ ਨਾਲ ਨਹੀਂ ਗੇ? ਸਹਿਮਤ ਬਿਹਤਰੀ ਜਿਹੜੀ ਆ ਰਾਜਨੀਤਿਕ ਗੱਲਾਂ, ਇਹਨਾਂ ਬਾਰੇ ਮੈਨੂੰ, ਜਾਂ ਮੇਰਾ ਵਿਸ਼ਾ ਹੀ ਨਹੀਂ ਹੈ, ਮੈਨੂੰ ਨਹੀਂ ਪਤਾ ਉਹ ਕਿਹੜੇ ਆਧਾਰ ਦੇ ਉੱਤੇ ਕੀ ਗੱਲਾਂ ਕਰ ਰਹੇ ਨੇ, ਇਹ ਤਾਂ ਉਹੀ ਦੱਸ ਸਕਦੇ ਹਾਂ, ਹੈ ਨਾ। ਜਿੱਦਾਂ ਹੁਣ ਮੰਨ ਲਓ ਕਿਸੇ ਨੇ ਫੌਜ 'ਚ ਜਾਣਾ, ਉਹਨੇ ਉਹੋ ਜਿਹੀ ਟ੍ਰੇਨਿੰਗ ਲੈਣੀ ਹੈ, ਕਿਸੇ ਨੇ ਇੰਜੀਨੀਅਰਿੰਗ ਬਣਨਾ, ਉਹਨੇ ਉੱਧਰਲੀ ਟ੍ਰੇਨਿੰਗ ਲੈਣੀ ਹੈ, ਕੋਈ ਖਿਡਾਰੀ ਬਣਨਾ ਚਾਹੁੰਦਾ, ਆਪੋ ਆਪਣੀ ਸਾਰੀਆਂ ਟ੍ਰੇਨਿੰਗ ਹੈ, ਆਪਣੇ ਆਪੋ ਆਪਣੇ ਅਭਿਆਸ ਨੇ, ਮੇਰਾ ਉਹੋ ਜਿਹਾ ਕੋਈ ਨਹੀਂ ਹੈ। ਬਸ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੇ ਰਸਤੇ ਚੱਲ ਰਹੇ ਨੇ ਉਹਨਾਂ ਦੇ ਨਤੀਜੇ ਚੰਗੇ ਜਾਂ ਮਾੜੇ ਭੁਗਤਣ ਨੂੰ ਤਿਆਰ ਹੈ। ਜਾਂ ਇੱਦਾਂ ਹੋਵੇ ਕਿਸੇ ਦਿਨ ਫੇਸਬੁੱਕ, ਇੰਸਟਾਗ੍ਰਾਮ ਇਹ ਬੰਦ ਹੀ ਕਰਦੇ ਸਰਕਾਰ, ਫਿਰ ਜ਼ਮੀਨ ਦੇ ਉੱਤੇ ਆਪਣੇ ਨਾਲ ਕੋਈ ਖੜ੍ਹਾ ਹੈ ਕਿ ਜਾਂ ਸਿਰਫ ਫੋਲੋ ਰਹੀ ਹੈ, ਉੱਥੇ ਲਾਇਕ ਡਿਸਲਾਈਕ ਹੈ, ਫਿਜ਼ੀਕਲੀ ਤੁਹਾਨੂੰ ਕੋਈ ਮਿਲਣ ਵੀ ਨਹੀਂ ਆ ਰਿਹਾ, ਇੱਦਾਂ ਹੋ ਸਕਦਾ? ਤੁਹਾਨੂੰ ਆਉਂਦੇ ਆ ਲੋਕ ਫਿਜ਼ੀਕਲੀ ਮਿਲਣ? ਬਹੁਤ ਘੱਟ ਲੋਕ ਆਉਂਦੇ ਹੈ। ਲੋਕਾਂ ਕੋਲ ਆਪਣੇ ਟਾਈਮ ਹੀ ਨਹੀਂ ਹੈ, ਲੋਕ ਤਾਂ ਆਪਣੇ ਪਰਿਵਾਰ ਦੇ ਵਿੱਚ, ਆਪਣੇ ਮਾਂ ਬਾਪ ਨੂੰ ਨਹੀਂ ਮਿਲਦੇ, ਉਹ ਤਾਂ ਫੋਨਾਂ ਦੇ ਉੱਤੇ ਹੀ ਬਸ, ਜਿਹਨੂੰ ਮਿਲਦਾ ਅੱਜ ਕੱਲ੍ਹ ਤਾਂ ਫੋਨ ਹੀ ਮਿਲਦੇ ਆ, ਉੱਦਾਂ ਦਾ ਕੋਈ ਕਿਸੇ ਦੇ ਹਾਲ ਚਾਲ ਹੀ ਨਹੀਂ ਪੁੱਛਣ ਜਾਂਦਾ, ਹੈ ਨਾ। ਅੱਜ ਕੱਲ੍ਹ ਲੋਕਾਂ ਦੇ ਇੱਥੇ ਇਹ ਟਰੈਂਡ ਹੀ ਹੈ, ਵੈਸੇ ਸ਼ਾਇਦ ਆਪਾਂ ਹੈਲੋ ਹੈਲੋ ਨਾ ਕਰੀਏ, ਲੇਕਿਨ ਫੋਨ ਦੇ ਉੱਤੇ ਕਿਸੇ ਦਫ਼ਤਰ 'ਚ ਚਲੇ ਜਾਓ, ਉਹ ਬੰਦਾ ਫੋਨ 'ਤੇ ਲੱਗਿਆ ਹੋਇਆ, ਇੱਕ ਮਿੰਟ ਗੱਲ ਕਰੋ, ਉਦੋਂ ਰਿੰਗ ਵੱਜ ਜਾਂਦੀ ਹੈ, ਜਦ ਉਹ ਵਿੱਚ ਗੱਲ ਸੁਣ ਕੇ। ਕਿਸੇ ਕੋਲ ਟਾਈਮ ਨਹੀਂ ਹੈ, ਮੈਨੂੰ ਕੋਈ ਇਹਨਾਂ 'ਤੇ ਲੋਕਾਂ 'ਤੇ ਕੋਈ ਇਤਰਾਜ਼ ਨਹੀਂ ਹੈ, ਵੈਸੇ ਕਰਕੇ ਮੈਂ ਵੀ ਨਹੀਂ ਮਿਲਣ ਜਾਂਦਾ ਕਿਸੇ ਨੂੰ, ਮੇਰਾ ਸੁਭਾਅ ਹੀ ਬਣ ਕੇ ਇਕੱਲੇ ਰਹਿਣ ਦਾ, ਛੋਟਾ ਜਿਹਾ ਆਪਣਾ ਪਰਿਵਾਰ ਹੀ ਮੇਰਾ ਸਰਕਲ ਹੈ।
ਕੋਈ ਹੋਰ ਦੋਸਤ, ਪੁਰਾਣੇ ਦੋਸਤ, ਜਿਹੜੇ ਐਕਸ਼ਨ ਤੋਂ ਪਹਿਲਾਂ ਦੇ ਦੋਸਤ? ਦੋਸਤ ਤਾਂ ਕਿਸੇ ਨੂੰ ਨਹੀਂ ਮੈਂ ਕਹਿ ਸਕਦਾ ਕਿ ਦਿਲਾਵਰ ਸਿੰਘ ਮੇਰਾ ਦੋਸਤ ਸੀ, ਮੇਰਾ ਹੋਰ ਕੋਈ ਦੋਸਤ ਨਹੀਂ ਸੀ। ਕੁਦਰਤੀ ਮੈਂ ਇੰਨੇ ਜ਼ਿਆਦਾ ਦੋਸਤ ਰੱਖੇ ਨਹੀਂ, ਮੇਰਾ ਸੁਭਾਅ ਇਕੱਲੇ ਰਹਿਣ ਵਾਲਾ ਹੀ ਹੈ। ਤੁਸੀਂ ਕਿਹਾ ਕਿ ਦੋਸਤ ਥੋੜ੍ਹੇ ਸੀਗੇ ਅਤੇ ਹੁਣ ਵੀ, ਇਹ ਵੀ ਇੱਕ ਕਾਰਨ ਹੈ ਕਿ ਜਿਵੇਂ ਐਡੇ ਵੱਡੇ ਐਕਸ਼ਨ 'ਚ ਤੁਹਾਡਾ ਨਾਮ ਹੈ, ਤੁਸੀਂ ਕਿਹਾ ਕਿ ਮੈਂ ਤਾਂ ਵੀ ਕਸੂਰ ਹਾਂ, ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਤਾਂ ਜਾਣਬੁੱਝ ਕੇ ਫਸਾਇਆ ਗਿਆ ਉਸ ਕੇਸ ਦੇ ਵਿੱਚ ਪੁਲਿਸ ਵੱਲੋਂ, ਜਾਂ ਜਿਹੜਾ ਕੇਸ ਬਣਿਆ ਜਿਵੇਂ ਵੀ, ਕੀ ਵੀ ਇੱਕ ਕਾਰਨ ਹੈ ਵੀ ਲੋਕ ਮਿਲਣ ਹੀ ਆਉਂਦੇ, ਜਾਂ ਕੀ ਲੱਗਦਾ? ਨਹੀਂ, ਲੋਕਾਂ ਦੇ ਆਪਣੇ ਰੁਝੇ ਵੀ ਬਥੇਰੇ ਹੈ, ਆਪਣੇ ਤੋਰੀ ਫੁਲਕੇ ਤੋਂ ਆਮ ਲੋਕਾਂ ਨੂੰ ਟਾਈਮ ਨਹੀਂ ਮਿਲਦਾ, ਇਸ ਕਰਕੇ ਕੋਈ ਨਹੀਂ ਮਿਲਣ ਕੀ ਹੈ ਪੈਸੇ। ਮੈਨੂੰ ਲੱਗਦਾ ਵੀ ਉਹਨਾਂ ਕੋਲ ਆਪਣੇ ਵਾਸਤੇ ਇੰਨਾ ਟਾਈਮ ਨਹੀਂ ਹੈ ਕਿ ਮੈਨੂੰ ਤਾਂ ਕੀ ਮਿਲਣਾ ਆਉਣਾ, ਉਹਨਾਂ ਨੇ ਜਿਹੜੇ ਮਿਲਣ ਆਉਂਦੇ ਉਹਨਾਂ ਵਾਸਤੇ ਧੰਨਵਾਦ ਹੈ, ਇੱਦੀ ਗੱਲ ਵੀ ਨਹੀਂ। ਬਾਹਰ ਆ ਕੇ ਰੂਟੀਨ ਕੀ ਰਹਿੰਦਾ ਹੈਗਾ, ਸ਼ਡਿਊਲ ਕੀ ਰਹਿੰਦਾ ਬਾਹਰ ਆ ਕੇ? ਬਾਹਰ ਆ ਕੇ ਹੁਣ ਜਿੱਦਾਂ ਪਹਿਲਾਂ ਤਾਂ ਘਰ ਦੇ ਆਪਣੇ ਕੰਮ ਆਪ ਹੀ ਕਰੀ ਜਾਂਦੇ ਸੀ, ਹੁਣ ਇੱਦਾਂ ਹੁੰਦਾ ਵੀ ਛੁੱਟੀ ਹੋਊਗਾ, ਆਹ ਸਾਡਾ ਸਾਰਾ ਕੰਮ, ਆਹ ਇੱਦਾਂ ਜੋ ਵੀ ਉਹਨਾਂ ਦੇ ਕੰਮ ਹੈ ਘਰੇਲੂ ਕੰਮ ਹੁੰਦੇ, ਉਹ ਆ ਕੇ ਗੁਰਮੀਤ ਹੀ ਕਰੇਗਾ, ਇਸ ਕਰਕੇ ਹੁਣ ਤਾਂ ਮੈਨੂੰ ਇਹੋ ਕੰਮ ਸਾਰੇ ਕਰਨੇ ਪੈਂਦੇ, ਫਟਾਫਟ ਹੀ ਲੰਘ ਜਾਂਦੇ ਦਿਨ। ਇੱਕ ਤੁਹਾਡੇ ਬਾਰੇ ਕਾਫੀ ਇੱਕ ਪੋਸਟ ਵਾਇਰਲ ਹੋਈ ਸੀ ਫੇਸਬੁੱਕ 'ਤੇ ਕੁਝ ਸਮਾਂ ਪਹਿਲਾਂ, ਕਿ ਗੁਰਮੀਤ ਸਿੰਘ ਨੇ ਸੰਘਰਸ਼ ਲੜਿਆ ਕੌਮ ਦੇ ਲਈ, ਪਰ ਗੁਰਮੀਤ ਸਿੰਘ ਜੇਲ੍ਹ ਤੋਂ ਜਦੋਂ ਪਰੋਲ 'ਤੇ ਆਉਂਦੇ ਆ ਆਪਣੀ ਮਾਂ ਦੀ ਦਵਾਈ ਦੇ ਲਈ, ਈ ਰਿਸ਼ਕਾ ਚਲਾਉਂਦੇ ਆ, ਬਾਕੀ ਗੱਲ ਸੱਚ ਹੈ ਈ ਰਿਕਸ਼ੇ ਵਾਲੀ? ਜਿੱਥੋਂ ਤੱਕ ਸਾਡੇ ਘਰ ਦੇ ਖਰਚੇ ਦਾ ਸਵਾਲ ਹੈ, ਉਹ ਤਾਂ ਮੇਰੇ ਪਿਤਾ ਜੀ ਪੰਜਾਬੀ ਯੂਨੀਵਰਸਿਟੀ ਵਿੱਚ ਸੀਨੀਅਰ ਸੁਪਰਡੈਂਟ ਲੱਗੇ ਹੋਏ ਸੀ, ਉਹਨਾਂ ਦੀ ਪੈਨਸ਼ਨ ਨਾਲ ਸਾਡਾ ਖਰਚਾ ਚੱਲਦਾ ਘਰ ਦਾ, ਮੇਰਾ ਵੀ, ਮੇਰੀ ਮਾਤਾ ਉਸੇ ਉਹਦੇ ਵਿੱਚੋਂ ਖਰਚਾ ਕਰਦੀ ਹੈ, ਅਤੇ ਮੇਰੀਆਂ ਦਵਾਈਆਂ ਵਾਸਤੇ ਮੇਰੀ ਮਾਤਾ ਮੇਰੇ ਉੱਤੇ ਨਿਰਭਰ ਨਹੀਂ ਹੈ। ਮੈਂ ਆਪਣੇ ਪੈਰਾਂ ਉੱਤੇ ਖੜ੍ਹਨ ਦਾ ਇੱਕ ਮਾਣਾ ਜਿਹਾ ਯਤਨ ਕੀਤਾ ਸੀ, ਈ ਰਿਕਸ਼ਾ ਚਲਾਇਆ ਮੈਂ, ਜਦੋਂ ਕਰੋਨਾ ਕਾਲ ਦੌਰਾਨ ਸਾਨੂੰ ਲੰਬੀ ਛੁੱਟੀ ਮਿਲੀ ਉਸ ਦੌਰਾਨ ਚਲਾਇਆ, ਇਸ ਵਕਤ ਵੀ ਮੇਰੇ ਘਰ ਦੇ ਵਿੱਚ ਖੜ੍ਹਾ ਉਹ। ਇੱਕ ਕਿਰਤ ਕਰਨਾ ਤਾਂ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਵੀ ਕਿਰਤ ਕਰਨੀ ਹੈ, ਇਹਦੇ ਵਿੱਚ ਕੋਈ ਕਿੰਤੂ ਪਰੰਤੂ ਵਾਲੀ ਕਿਹੜੀ ਗੱਲ ਹੈ? ਜੇ ਮੈਂ ਕੋਈ ਚੋਰੀ ਕਰਨ ਜਾਂਦਾ, ਡਾਕਾ ਮਾਰਨ ਜਾਂਦਾ, ਫਿਰ ਤੁਸੀਂ ਮੇਰੇ 'ਤੇ ਕਿੰਤੂ ਪਰੰਤੂ ਕਰਦੇ, ਪਰ ਜੇ ਮੈਂ ਇੱਕ ਸੱਚੀ ਸੁੱਚੀ ਤਰੀਕੇ ਨਾਲ ਆਪਣੀ ਕਿਰਤ ਕਰਨੀ ਚਾਹੁੰਦਾ, ਜਿਹੋ ਜਿਹੀ ਮੇਰੀ ਸਮਰੱਥਾ, ਜਿਹੋ ਜਿਹੇ ਮੇਰੇ ਹਾਲਾਤ ਨੇ। ਨਹੀਂ, ਮੇਰਾ ਸਵਾਲ ਇਹ ਸੀ ਕਿ ਈ ਰਿਕਸ਼ਾ ਚਲਾਉਂਦੇ ਹੋ ਤੁਸੀਂ ਆ ਕੇ, ਕਈ ਲੋਕ ਇਹ ਕਹਿੰਦੇ ਆ ਕਿ ਕੌਮ ਨੂੰ ਸਾਂਭਣਾ ਚਾਹੀਦਾ ਜਿਹੜੇ ਇਹ ਯੋਧੇ ਨੇ, ਇਹ ਗੱਲਾਂ ਤੁਹਾਨੂੰ ਕੀ ਲੱਗਦਾ? ਮੈਂ ਸੋਚਦਾ ਵੀ ਦੇਖੋ, ਕੌਮ ਨੇ ਤਾਂ ਪੂਰਾ ਸਹਿਯੋਗ ਦਿੱਤਾ ਅੱਜ ਤੱਕ, ਮੈਂ ਜਿੱਦਾਂ ਤੁਹਾਨੂੰ ਦੱਸਿਆ ਸੀ ਸਾਰਾ ਕੇਸ ਕੌਮੀ ਵਕੀਲਾਂ ਨੇ ਹੀ ਲੜਿਆ, ਉਸ ਤੋਂ ਬਾਅਦ ਜਦ ਕੌਮ ਨੇ ਸੰਘਰਸ਼ ਕੀਤਾ, ਭਾਈ ਗੁਰਬਖਸ਼ ਸਿੰਘ ਨੇ ਮੁੱਦਾ ਉਠਾਇਆ, ਕੌਮ ਨੇ ਸਾਥ ਦਿੱਤਾ, ਫਿਰ ਹੀ ਸਾਡੀਆਂ ਪਰੋਲਾਂ ਖੋਲੀਆਂ, ਤਾਂ ਕੌਮ ਦਾ ਤਾਂ ਮੈਂ ਸਤਿਕਾਰ ਹਾਂ, ਮੈਨੂੰ ਮਾਣ ਹੈ ਕਿ ਮੈਂ ਇੱਕ ਸਿੱਖ ਹਾਂ ਅਤੇ ਮੈਂ ਇੱਕ ਸਿੱਖ ਕੌਮ ਨਾਲ ਸੰਬੰਧਿਤ, ਤਾਂ ਮੈਨੂੰ ਆਪਣੀ ਕੌਮ 'ਤੇ ਕੋਈ ਰੋਸਾ ਨਹੀਂ, ਸਗੋਂ ਮਾਣ ਹੀ ਹੈ ਕਿ ਮੇਰੇ ਵਰਗੇ ਬੰਦੇ ਨੂੰ ਵੀ ਉਹ, ਹੈ ਨਾ, ਉਹ ਕਹਿੰਦੇ ਹੈ ਵੀ ਇਹ ਸਾਡਾ, ਅਸੀਂ ਇਹਨੂੰ ਛਡਾਵਾਂਗੇ, ਹੈ ਨਾ, ਇੱਕ ਸਰੂਪ ਨੂੰ ਕਹਿ ਲਓ, ਇੱਕ ਮੇਰੇ ਅੰਮ੍ਰਿਤਧਾਰੀ ਹੋਣ ਕਾਰਨ ਇੱਕ ਸਿਖਾਉਣ ਦੇ ਨਾਤੇ ਮੈਨੂੰ ਛਡਾਉਣ ਵਾਸਤੇ ਜੱਦੋ ਜਹਿਦ ਕਰਦੇ ਹਨ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਹੁਣ ਚਲਾਉਣੀ ਈ ਰਿਕਸ਼ਾ ਤੁਸੀਂ? ਹੁਣ 28 ਦਿਨਾਂ ਵਾਸਤੇ ਆਏ, ਹੁਣ 14 ਦਿਨ ਤਾਂ ਲੰਘ ਗਏ। ਹਾਂ, ਕਦੇ ਕਦੇ ਮਾਤਾ ਨੂੰ ਜਾਂ ਆਪਣੀ ਪਰਿਵਾਰ ਨੂੰ ਲੈ ਕੇ ਜਾਣਾ ਹੋਵੇ ਤਾਂ ਬਾਜ਼ਾਰ ਦੇ ਵਿੱਚ ਲੈ ਜਾਈਦਾ, ਅਦਰਵਾਈਜ਼ ਹਾਲੇ ਤੱਕ ਤਾਂ ਕੋਈ ਵਪਾਰਕ ਤੌਰ 'ਤੇ ਤਾਂ ਨਹੀਂ ਚਲਾਇਆ, ਅਤੇ ਨਾ ਹੀ ਇਹਨਾਂ 28 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਬੰਦਾ ਚਲਾ ਪਾਊਗਾ। ਬਾਕੀ ਰਹੀ ਗੱਲ ਇਹ ਵੀ ਕੌਮ ਦੇ, ਉਹ ਕਹਿੰਦੇ ਆ ਵੀ ਹਾਂ ਵੀ ਅਸੀਂ, ਯਾਨੀ ਫਿਲਹਾਲ ਮੈਨੂੰ ਈ ਰਿਕਸ਼ਾ, ਮੈਂ ਇੱਕ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਮੇਰਾ ਯਤਨ ਸੀ ਜਾਂ ਹੈ, ਜੇ ਕੌਮ ਇਸ ਦੇ ਵਿੱਚ ਹੇਠੀ ਮਹਿਸੂਸ ਕਰਦੀ ਹੈ, ਮੈਂ ਸਾਰੀ ਕੌਮ ਤੋਂ ਮਾਫ਼ੀ ਮੰਗਦਾ ਅਤੇ ਇਹ ਕਹਿੰਦਾ ਵੀ ਫਿਰ ਭਾਈ ਇੱਦਾਂ ਵੀ ਸਾਡੇ ਜਿਹੜਾ ਕੋਈ ਮੰਥਲੀ ਇਨਕਮ ਦਾ ਇੰਤਜ਼ਾਮ ਹੋ ਜਾਵੇ ਜਾਂ ਕੋਈ ਇਹ, ਹੈ ਨਾ, ਕੋਈ ਫਿਰ ਦੇਖੋ ਬੰਦੇ ਨੂੰ ਬਿਨਾਂ ਪੈਸੇ ਤੋਂ ਹੈ ਤਾਂ ਔਖਾ ਹੀ ਹੈ। ਬਾਕੀ ਕੋਈ ਇਹੋ ਜਿਹੀ ਗੱਲ ਨਹੀਂ, ਮੈਂ ਮੰਗ ਨਹੀਂ ਰਿਹਾ, ਮੈਂ ਵੈਸੇ ਗੱਲ ਕਰਦਾ, ਮੈਂ ਤਾਂ ਆਪਣੀ ਕਿਰਤ ਕਰਕੇ ਆਪਣਾ ਕੰਮ ਕਰਕੇ ਆਪਣਾ ਜੀਵਨ ਬਤੀਤ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ, ਕਿਸੇ ਤੋਂ ਆਸ ਨਹੀਂ ਰੱਖਦਾ ਵੀ ਉਹ ਮੇਰੀ ਕਰੇਗਾ ਮਦਦ, ਜੇ ਕਰਦਾ ਤਾਂ ਵੀ ਉਹਦਾ ਧੰਨਵਾਦ ਹੈ, ਨਹੀਂ ਕਰਦਾ ਫਿਰ ਵੀ ਧੰਨਵਾਦ। ਈ ਰਿਕਸ਼ਾ ਕਿਉਂ ਚੁਣਿਆ ਤੁਸੀਂ, ਮਤਲਬ ਹੋਰ ਕੰਮ ਕਿਉਂ ਨਹੀਂ, ਮਤਲਬ ਇਹ ਸਵਾਲ ਮੇਰਾ ਇੱਕ। ਈ ਰਿਕਸ਼ਾ ਇਸ ਕਰਕੇ ਚੁਣਿਆ
क्योंकि होर जे मैं मान लो कोई दुकान खोलदा वह भी बंदा थोड़े दिनों वास्ते क्योंकि छुट्टी कट्ठी 8 महीने वास्ते नहीं ना दिती गई सी थोड़े थोड़े दिनों वास्ते मिलती सी तो मैं यही लगे भी ये ही है भी जे बंदा घर तो बाहर कढ़दा तो नाल दी नाल मतलब किस वारी बैठती है ये तो मैं कहना नहीं पैंदा किसी नूं भी आ जाओ बह जाओ वो तो जे मैं उत्थे मौके ते उपलब्धा अपने आप ही सवारी बैठ जाए आपे पैसे दे के उतर जाती है दूजी वह सवारी कदे ये भी नहीं देखती भी ई रिक्शा चला कौन रहा वो एक मतलब कि उन्हों को नहीं मैं कि नहीं पछाणना कोई मैनू मेरी कोई एड्डी कोई ये तो मैं तो इंटरव्यूआं तो भी इस करके ज़्यादा भी मैंने कोई पछाण पछाण कोई मैं कोई एड्डे कोई खास व्यक्ति तो है नहीं भी लोग मैंने पछाण नहीं एक लोग एक कृतकार है आप कि लोगों तुम कि मतलब कि ई रिक्शे वाले ने चेहरे जानते हो पछाणते हो करके देखो याद है ना इस करके कोई गल नहीं है मतलब वो एक साफ सुथरा काम है कोई इदा इस करके मैं तो कित सची सुची जी लगी मैंने वे कोई ऐ ठगी ठोड़ी तो नहीं है स्पष्ट ही है भी 10 रुपये देने या 20 रुपये देने सवारी ने इस तो वह तो है ही नहीं है कद वो दिन याद आ जो यूनिवर्सिटी पढ़ते सी जो ये सोचा जो जॉब करते दिन याद आ जो ई रिक्शा चला रहे होंगे हो इस हाथ च पेन फड़िया हों तो हूँ रेस होंगी है या ब्रेक होंगी है नहीं कुछ नहीं मैं तो फन नहीं लगता जी यही यह जहाँ कुछ क्योंकि अच्छा जेल चो आने साढ़े लिए तो बाहर घर तो तुरन फिरन कोई वो चाहिए होंगे है ना तरीका तो बाकी एक मेरे तो पाबंदी यह भी लगी होंगी भी इस बंद डिस्ट्रिक्ट छड़ के नहीं जाना जाए वो मेरे वास्ते मैं सारा कुछ सोच के फिर ही यह काम सुन चुनिया रोज़ तो नहीं जाना पैंता हफ्ते दो बार कई लोग इंटरव्यू सुन रहे हो जिमें तुम क्या कि मैंने तो नजायज़ फसाया गया या कई लोग इंटरव्यू सुन रहे हो शख्स इंटरव्यू सुन रहे हो जोड़े बेअंत सिंह होर तालुकात रखते हैं वो तो कहते हैं कि मतलब झूठ बोलते हैं गुरमीत सिंह या मतलब इदा दिया गल्ला थोनू की लगता ये उन्होंने विचार है मैं अपने वालों अपने मन साफ करके उन्होंने सामने रखता अगे उन्होंने यही गल मेरी सच्ची लगती है झूठी लगती है ये उन्होंने तय करना है ना पर मैं उन्होंने कहना भी मैं तो एक हालात शिकार हाँ मेरे मैं तो आप हालात शिकार हाँ भाई ठीक है ना इस करके मैं कुछ नहीं कहना वो जिदा भी सोचते हैं ना मैं तो यही कहूँगा भी मैं कोई मेरे बारे गलत फहमी ना पालन हो जड़े एक्शन हुए जां ब्लू स्टार तो बाद मूवमेंट चली थोनू की लगता किवें सी मूवमेंट मूवमेंट तो बस रोज सी 1984 का रोज सी यूथ दे मना दे विच कुछ लोग कुछ नौजवान उधर नू चले गए उन्होंने हथियार चके हथियार मान संघर्ष लड़िया उन्होंने अपने बदले ले नहीं ले जिदा वो जानते मैंने दस भी मेरा इधरले पासे रुचि मैं तो अपना पढ़ता पढ़ाई वाले ध्यान से अपने घर घर के तो मेरा इधरले पासे रुचि नहीं सी तो अनफॉर्चुनेटली वह परमेश्वर ने जिम्मे पता नहीं है किदा मैं इस पक्ष तो निरुतर ही हाँ मैं तो आप नहीं पता भी ये किदा होया की है की चक्कर कि मैं एडे बड़े केस कि फस गया मैं नहीं जानता वह रजाई मन दे फायदा भाई दलजीत सिंह बिट्टू बाहर ने इस वेले उन्होंने कद मुलाकात हुई वार्तालाप हुई कद नहीं मेरे उन्होंने कदम गलबात नहीं जोड़े होर सिंह ने कई जो मूवमेंट के जहाँ के बड़े कद रहे है कद उन्होंने वार्तालाप हुई होगी मूवमेंट न लैके मैं तुम दसा ना भी वह मैनू मिलने या मेरे यह विचार ही नहीं मेरे की विचार वटांदा करना आने और तो बारे एक परसैप्शन बनी हुई है ना कि बेअंत सिंह कतल केस तुहाडा नाम है नाम नाल तो नहीं बंदा जिवें नाम तो किसी का भी कोई भी रख लो कहीं लोहे ने सोना कहता जो सोना तो नहीं होजूगा ना तो लोहा तो लोहा ही है इदा ही है भी कोई गल नहीं वो मेरी जो यह जी विचारधारा ही नहीं मेरे की विचार साझे करना आने है ना वो ठीक है मैनू कोई मैं सोचा कहना भी मैंने मिलना हूँ मैं वैसे गल कहना भी जो आप की विचार जिमें हम तुम हैं तुम सोच के आए होने पता नहीं कि तगड़ी इंटरव्यू देगा ये है ना भी कि पता पर मैं थोड़ा अपने मन की गल दस रहा भी चलो तुम आए हो जान तो लोगों मैं जे जहाँ हाँ मैं तो वही जहाँ ही है ना जो हम मैं झूठ भी बोलता मैं इदा 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 पर उस दिन है ही नहीं है मैं फिर कि विचरना तो मैं लोगों से ही है जो मेरा सुभाव है उही रहना ना इस करके मतलब कि कोई गल नहीं उन्होंने विचार है उन्होंने उधर रुचि है उधर चले हुए हैं
ਮੇਰੀ ਰੁਚੀ ਜਿੱਧਰ ਨੂੰ ਹੈ ਮੈਂ ਉੱਧਰ ਨੂੰ ਚੱਲਿਆ ਹੋਇਆ ਹੈ ਨਾ। ਇੱਦਾਂ ਅੰਮ੍ਰਿਤਧਾਰੀ ਕਦੋਂ ਹੋਏ ਤੁਸੀਂ, ਅੰਮ੍ਰਿਤਪਾਨ ਕਦੋਂ ਕੀਤਾ? ਅੰਮ੍ਰਿਤਪਾਨ ਵੀ ਮੈਂ ਜਦੋਂ ਮੈਨੂੰ ਪਰੋਲ ਛੁੱਟੀ ਤੋਂ ਮਿਲਣੀ ਸ਼ੁਰੂ ਹੋਈ ਉਦੋਂ ਹੀ ਕੀਤਾ, ਲਗਭਗ 2014 ਦੇ ਆਸ ਪਾਸ ਕੀਤਾ। ਕਿਵੇਂ ਮਨ 'ਚ ਆਇਆ, ਕਿਵੇਂ ਵਿਧੀ ਬਣੀ? ਵਿਧੀ ਤਾਂ ਇੱਦਾਂ ਹੀ ਸੀ ਵੀ ਚਲੋ ਬੰਦਾ ਉਦੋਂ ਜੋ ਜੇਲ੍ਹ 'ਚ ਸੀ ਹੈ ਨਾ, ਬੰਦਾ ਉਦੋਂ ਇਹੀ ਕਹਿੰਦਾ ਵੀ ਮਹਾਰਾਜ ਵੀ ਹਾਲੇ ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆ, ਵੀ ਮੈਨੂੰ ਮੌਕਾ ਦੇ ਵੀ ਮੈਂ ਵੀ ਅੰਮ੍ਰਿਤਧਾਰੀ ਹੋ ਕੇ ਚੱਲ, ਜੇ ਬੰਦੇ ਨੇ ਸਵਾਸ 'ਤੇ ਜਾਗਣੇ ਆ ਤਾਂ ਇੱਕ ਅੰਮ੍ਰਿਤਧਾਰੀ ਹੋ ਕੇ ਜਾਈਏ। ਇਹ ਮਨ 'ਚ ਇੱਛਾ ਹੁੰਦੀ ਹੋਈ ਹੈ ਹਰੇਕ ਦੇ, ਹੈ ਨਾ, ਸਾਡੇ ਵੀ ਸੀ, ਮੇਰੇ ਵੀ ਸੀ। ਪਰ ਜੇਲ੍ਹ 'ਚ ਫਸੇ ਹੋਏ ਸੀ ਹੈ ਨਾ, ਫਿਰ ਕੋਈ ਪੁੱਛਦਾ ਸੀ ਵੀ ਯਾਰ ਕਿ ਤੂੰ ਕਦੋਂ ਛਕਿਆ, ਮੈਂ ਚਲੋ ਕੋਈ ਨਹੀਂ ਮਹਾਰਾਜ ਕਿਰਪਾ ਕਰੋ, ਮੈਂ ਤਾਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਾ ਕੇ ਅੰਮ੍ਰਿਤ ਛਕੂੰਗਾ, ਹੈ ਨਾ। ਉਦੋਂ ਤਾਂ ਕੋਈ ਵਿੱਧ ਨਹੀਂ ਸੀ, ਪਰ ਫਿਰ ਪਰਮੇਸ਼ਰ ਨੇ ਇਹ ਜਿਹੀ ਵਿੱਧ ਬਣਾਈ ਕਿ ਮੈਂ ਉੱਥੇ ਜਾ ਕੇ ਅੰਮ੍ਰਿਤ ਛਕਣ ਦਾ ਮੈਨੂੰ ਮੌਕਾ ਦੇ ਦਿੱਤਾ। ਇਸ ਵਾਸਤੇ ਮੈਂ ਸਤਿਗੁਰਾਂ ਦਾ ਕੋਟਾਨਕੋਟ ਧੰਨਵਾਦ ਕਰਦਾ। ਕਿਵੇਂ ਦੇਖਦੇ ਹੋ ਜਿਹੜੀ ਪਿਛਲੀ ਜ਼ਿੰਦਗੀ ਹੈ, ਇੱਕ ਬਚਪਨ, ਉਸ ਤੋਂ ਬਾਅਦ ਜਵਾਨੀ ਜੇਲ੍ਹ ਦੇ ਅੰਦਰ, ਅਤੇ ਹੁਣ ਬੁਢਾਪੇ ਵੱਲ ਨੂੰ ਵੱਧ ਰਹੇ ਹੋ, ਕੀ ਜ਼ਿੰਦਗੀ ਦਾ ਨਿਚੋੜ ਕੀ ਹੈ, ਜ਼ਿੰਦਗੀ ਦਾ ਸਿੱਟਾ ਕੀ ਹੈ? ਜ਼ਿੰਦਗੀ ਦਾ ਸਿੱਟਾ ਤਾਂ ਮੈਂ ਇਹੀ ਕੱਢਦਾ ਵੀ ਜਿੱਦਾਂ ਉਹ ਕਹਿੰਦੇ ਹੁੰਦੇ ਨਾ ਵੀ ਕੌੜਾ ਖਾ ਕੇ ਜੇ ਮਿੱਠਾ ਖਾ ਲਏ ਬੰਦਾ ਤਾਂ ਫਿਰ ਮਿੱਠੇ ਦਾ ਸਵਾਦ ਯਾਦ ਰਹਿ ਜਾਂਦਾ, ਮਿੱਠਾ ਖਾ ਕੇ ਕੌੜਾ ਖਾ ਲਏ ਤਾਂ ਫਿਰ ਕੌੜੇ ਦਾ ਸਵਾਦ ਯਾਦ ਰਹਿ ਜਾਂਦਾ। ਜੇ ਸਾਨੂੰ ਆਪਣੇ ਪਰਿਵਾਰ ਦੇ ਵਿੱਚ ਅਸੀਂ ਵਿਚਰਦੇ ਹੋਏ ਸਵਾਸ ਤਿਆਗ ਕਰ ਦਿੰਦੇ ਹਾਂ ਤਾਂ ਵੈਲ ਐਂਡ ਗੁੱਡ, ਅਦਰਵਾਈਜ਼ ਫਿਰ ਬੰਦਾ ਕੁਛ ਨਹੀਂ। ਉੱਥੇ ਤਾਂ ਬੰਦਾ ਹੁਣ ਪਤਾ ਜੇਲ੍ਹਾਂ ਦੇ ਵਿੱਚ ਤਾਂ ਚਾਹੇ ਆ ਕੇ ਜਿੱਦਾਂ ਮਰਜ਼ੀ ਮੈਂ ਕਹੀ ਜਾਂ, ਮੈਂ ਤਾਂ ਆਪਣੀ ਉਹ ਕਰਦਾ ਵੀ ਜੇਲ੍ਹ 'ਚ ਤਾਂ ਬੰਦਾ ਦੁਖੀ ਹੋਈ ਹੈ ਤਾਂ ਬਾਹਰ ਹੀ ਹੈ ਸੁੱਖ। ਇਸ ਕਰਕੇ ਮੈਂ ਵੀ ਬਾਹਰ ਆ ਕੇ ਇੱਦਾਂ ਸੋਚਦਾ ਮੇਰੇ ਸਵਾਸ ਹੈ ਜਿਹੜੇ ਆਜ਼ਾਦੀ ਦਾ ਆਨੰਦ ਮਾਣਦੇ ਹੋਏ ਬਤੀਤ ਹੋਣ, ਜਿੱਦਾਂ ਤੁਹਾਨੂੰ ਬਾਹਰ ਲੈ ਕੇ ਲੱਗਦਾ ਵੀ ਆਜ਼ਾਦੀ ਨਹੀਂ ਹੈ, ਹੈ ਨਾ, ਹੈ ਨਾ, ਅਤੇ ਸਾਨੂੰ ਤਾਂ ਐਂ ਲੱਗਦਾ ਵੀ ਬਾਹਰ ਆਜ਼ਾਦੀ ਹੈ, ਜੇਲ੍ਹ ਦੇ ਵਿੱਚ ਗੁਲਾਮੀ ਹੈ, ਹੈ ਨਾ। ਇੱਕ ਉਹੀ ਜੇ ਖੋ ਜਾਂਦਾ ਬੰਦੇ ਤਾਂ ਉਦੋਂ ਲੱਗਦਾ ਵੀ ਯਾਰ ਉਹ ਤਾਂ ਕਿਰਪਾ ਹੀ ਸੀਗੀ, ਆਪਾਂ ਤਾਂ ਉਈ ਕਰੀ ਫਿਰਦੇ ਸੀ ਫੂੰਫਾਂ, ਹੈ ਨਾ। ਆਜ਼ਾਦੀ ਦੇ ਮਾਇਨੇ ਕੀ ਆ ਤੁਹਾਡੇ ਲਈ, ਆਜ਼ਾਦੀ ਕੀ ਹੈ? ਜਿਵੇਂ ਕਿਹਾ ਜਾਂਦਾ ਕਿ ਇੱਥੇ ਘੱਟ ਗਿਣਤੀ ਕੌਮਾਂ ਨੂੰ ਆਜ਼ਾਦੀ ਨਹੀਂ ਗੀ, ਦਬਾਇਆ ਜਾਂਦਾ, ਇਹ ਇੱਕ ਧਾਰਨਾ ਬਣੀ ਹੋਈ ਹੈ ਜਾਂ ਇੱਕ ਇਹ ਇਲਜ਼ਾਮ ਲੱਗਦੇ ਨੇ ਸਰਕਾਰ ਦੇ ਉੱਤੇ ਜਾਂ ਸਟੇਟ ਦੇ ਉੱਤੇ, ਤੁਹਾਨੂੰ ਕੀ ਲੱਗਦਾ ਹੈਗਾ ਆਜ਼ਾਦੀ ਦੇ ਮਾਇਨੇ ਕੀ ਹੈ, ਅਸਲ ਆਜ਼ਾਦੀ ਹੈ ਕੀ? ਆਜ਼ਾਦੀ ਦਾ ਮਾਇਨੇ ਤਾਂ ਇਹੀ ਹੈ ਵੀ ਬੰਦਾ ਆਪਣੇ ਪਰਿਵਾਰ ਦੇ ਵਿੱਚ ਵਧੀਆ ਜੀਵਨ ਬਤੀਤ ਕਰ ਰਿਹਾ ਹੈ, ਉਹਨੂੰ ਰੁਜ਼ਗਾਰ ਦੇ ਸਾਧਨ ਆਪਣੀ ਮਰਜ਼ੀ ਦਾ ਕਰ ਰਿਹਾ, ਉਹਦੀ ਕੋਈ ਕਿਸੇ ਦੀ ਇੰਟਰਫੇਰੈਂਸ ਨਹੀਂ ਹੈਗੀ। ਦੂਜੀ ਗੱਲ ਇਹ ਹੋ, ਆਪਣੇ ਧਰਮ ਨੂੰ ਜਿਹੜੇ ਵੀ ਇਸ਼ਟ ਨੂੰ ਮੰਨਣਾ ਚਾਹੁੰਦਾ ਉਹਨੂੰ ਆਪਣੀ ਮਰਜ਼ੀ ਨਾਲ ਮੰਨ ਰਿਹਾ, ਅਤੇ ਆਪਣਾ ਵਧੀਆ ਉਹਦਾ ਰੋਟੀ ਪਾਣੀ ਚੱਲੀ ਜਾਂਦਾ, ਦਾਲ ਫੁਲਕਾ ਖਾ ਰਿਹਾ ਵਧੀਆ। ਮੇਰੇ ਲਈ ਆਜ਼ਾਦੀ ਤਾਂ ਸਭ ਤੋਂ ਵਧੀਆ ਇਹੀ ਹੈ ਵੀ ਜਿੱਦਣ ਮੈਂ ਜੇਲ੍ਹ ਤੋਂ ਰਿਹਾ ਹੋ ਗਿਆ ਮੈਨੂੰ ਤਾਂ ਉਦਣ ਆਜ਼ਾਦੀ ਲੱਗੂ ਵੀ ਮਿਲ ਗਈ, ਜਿੱਦਾਂ ਮੈਂ ਹੁਣ ਇਸ ਟਾਈਮ ਘਰ, ਹਾਂ ਬੇਸ਼ੱਕ 28 ਦਿਨਾਂ ਵਾਸਤੇ, ਮੈਨੂੰ ਕਹਿੰਦਾ ਵੀ ਚਲੋ 28 ਦਿਨਾਂ ਵਾਸਤੇ ਤਾਂ ਮੈਂ ਆਜ਼ਾਦ ਹਾਂ, ਹੈ ਨਾ। ਉੱਥੇ ਉਹਨਾਂ ਮੰਨਿਆ ਕਿ ਹਰ ਚੀਜ਼ ਵਾਸਤੇ ਬੰਦਾ ਮੁਹਤਾਜ ਹੈ ਉਹਨਾਂ ਦਾ, ਈਵਨ ਕਿ ਬੰਦਾ ਆਪਣਾ ਪੱਖਾ ਚਲਾਉਣ ਵਾਸਤੇ ਵੀ ਉਹਨਾਂ ਨੂੰ ਕਹੂਗਾ ਯਾਰ ਪੱਖਾ ਚਲਾਈ, ਇਹਨੂੰ ਘੱਟ ਕਰ ਦੇ, ਤੁਸੀਂ ਆਪਣਾ ਪੱਖਾ ਵੀ ਘੱਟ ਵੱਧ ਨਹੀਂ ਕਰ ਸਕਦੇ, ਹੈ ਨਾ, ਆਪਣੀ ਮਰਜ਼ੀ ਨਾਲ। ਇਹਨੂੰ ਕਹਿੰਦੇ ਆਪਣੀ ਮਰਜ਼ੀ ਦਾ ਖਾ ਨਹੀਂ ਸਕਦੇ, ਆਪਣੀ ਮਰਜ਼ੀ ਦਾ ਪੀ ਨਹੀਂ ਸਕਦੇ। ਉੱਥੇ ਤਾਂ ਬੰਦਾ ਕਹਿੰਦਾ ਖਾਂਦੇ ਪੀਂਦੇ ਲੱਤਾਂ ਮਰੀ ਜਾਂਦਾ ਬੰਦਾ, ਉੱਥੇ ਫਿਰ ਪਤਾ ਲੱਗਦਾ ਜਦ ਉਹ ਵੀ ਚਲੇ ਜਾਂਦਾ ਕਹਿੰਦਾ ਹੁਣ ਠੀਕ ਹੈ, ਚਿੱਤਾ ਚੁੱਤਾ ਜਿਹਾ ਖਾ ਕੇ ਬੰਦਾ ਕਹਿੰਦਾ ਹੁਣ ਠੀਕ ਹੈ, ਰਿਲੈਕਸ ਮਹਿਸੂਸ ਕਰ ਰਹੇ। ਕਈਆਂ ਦੇ ਇੱਦਾਂ ਹੀ ਹੈ ਨਾ, ਅੱਡ ਅੱਡ ਲੋਕਾਂ ਦੇ ਸੁਭਾਅ ਨੇ। ਗੁਲਾਮੀ ਕੀ ਹੈ? ਗੁਲਾਮੀ ਹੈ, ਗੁਲਾਮੀ ਹੈ ਜੀ। ਜੇਲ੍ਹ 4 ਦਿਨ ਬੰਦ ਹੋ ਕੇ ਦੇਖ ਲਓ, ਜੇ 4 ਦਿਨ ਤਾਂ ਫਿਰ 4 ਸਾਲ ਬੰਦ ਹੋ ਕੇ ਦੇਖ ਲਓ, ਲੱਗ ਜੂ ਪਤਾ ਕੀ ਹੁੰਦੇ ਗੁਲਾਮੀ। ਹੁਣ 28 ਦਿਨਾਂ ਬਾਅਦ ਜਦੋਂ ਵਾਪਸ ਜਾਊਂਗੇ, ਫਿਰ ਦਿਨ ਕਿਵੇਂ ਲੰਘਦੇ ਪੈਰੋਲ ਤੋਂ ਬਾਅਦ ਦੇ ਦਿਨ? ਹਾਂ, ਫਿਰ 5-7 ਦਿਨ ਬੰਦਾ ਦੁਖੀ ਜਿਹਾ ਰਹਿੰਦਾ, ਫਿਰ ਉਹ ਜਿਹਾ ਹੋ ਜਾਂਦਾ, ਕਿਉਂਕਿ ਮੈਂ ਦੱਸਿਆ ਕਿੰਨਾ ਚਿਰ ਰੋ ਰੂੰ ਵੀ ਕਿੰਨੀ ਕੁ ਚਿਰ ਕਰੀ ਜਾਊਗਾ, ਹਸੂ ਹਸੂ ਵੀ ਕੀ ਜਾਏ, ਬਸ ਚੱਲਦਾ ਰਹਿੰਦਾ ਕਿ ਉਹੋ ਜਿਹਾ ਹੋ ਜਾਂਦਾ ਬੰਦਾ ਜਿਹੋ ਜਿਹੇ ਮਾਹੌਲ 'ਚ ਆਉਂਦਾ। ਨਾ ਵੀ ਹੋਊਗਾ ਤਾਂ ਕੋਈ ਗੱਲ ਨਹੀਂ, ਉਹਨਾਂ ਨੇ ਤਾਂ ਫਿਰ ਧੱਕੇ ਨਾ ਕਰਾ, ਫਿਰ ਡੰਡੇ ਮਾਰ ਕੇ ਕਰਾ ਲੈਣਗੇ, ਉਹ ਕਰਨਾ ਤਾਂ ਪੈਣਾ ਹੀ ਹੈ। ਇਹ ਦੇਖ ਲਓ ਹੁਣ ਤੁਸੀਂ ਕਿੱਦਾਂ ਕਰਨਾ, ਤੁਸੀਂ ਕਿੱਦਾਂ ਆਪਣਾ ਕੀ ਫੈਸਲਾ ਲੈਣਾ। ਕੋਈ ਅਜਿਹੀ ਗੱਲ ਜਿਹੜੀ ਬਾਹਰ ਆ ਕੇ ਸਭ ਤੋਂ ਵੱਧ ਯਾਦ ਆਉਂਦੀ ਹੈ, ਪੁਰਾਣੀ ਜਦੋਂ ਨੌਕਰੀ ਕਰਦੇ ਸੀ ਜਾਂ ਜਦੋਂ ਪੜ੍ਹਦੇ ਹੁੰਦੇ ਸੀ, ਕੋਈ ਗੱਲ ਯਾਦ ਆਉਂਦੀ ਹੈ, ਕਿਸੇ ਦੇ ਬੋਲ ਕਹੇ ਯਾਦ ਆਉਂਦੇ ਹੋਣ? ਨਹੀਂ, ਕੁਛ ਨਹੀਂ ਯਾਦ ਆਉਂਦਾ, ਉਹ ਕੰਧਾਂ ਨੇ ਮੈਨੂੰ ਤਾਂ ਬੁੱਝ ਜਿਹਾ ਕਰਤਾ, ਕੁਛ ਨਹੀਂ ਯਾਦ ਆਉਂਦਾ ਹੁਣ ਤਾਂ ਭੁੱਲਣ ਦੇ ਵਿੱਚ ਹੀ ਉਹ ਹੈ।
ਜਿੰਨਾ ਭੁੱਲੇ ਜਿੰਨਾ ਠੀਕ ਹੀ ਹੈ, ਤਾਂ ਹੀ ਸ਼ਾਂਤ ਰਹਿ ਪਾਉਂਦਾ ਬੰਦਾ। ਵਰਤਮਾਨ ਦੇ ਵਿੱਚ ਜੀਵਨ ਵਰਤਮਾਨ ਦੇ ਵਿੱਚ ਹੈ, ਨਾ ਤਾਂ ਪਿੱਛੇ ਬੀਤਿਆ ਹੋਏ ਦੇ ਵਿੱਚ ਜੀਵਨ ਹੈ, ਅੱਗੇ ਆਉਣ ਵਾਲੇ ਬਾਰੇ ਸਾਨੂੰ ਪਤਾ ਨਹੀਂ। ਇਹ ਜੋ ਵਰਤਮਾਨ ਪਲ ਹੈ ਇਹੀ ਸੱਚ ਹੈ, ਇਹਦੇ ਵਿੱਚ ਰਹਿਣ ਦੀ ਹੀ ਕੋਸ਼ਿਸ਼ ਕਰਦਾ ਮੈਂ। ਕਦੇ ਗਿਲਟੀ ਮਹਿਸੂਸ ਹੁੰਦੀ ਹੈ ਕਿਸੇ ਗੱਲ ਦੀ, ਕਦੇ ਪਛਤਾਪ ਕਿਸੇ ਗੱਲ ਦਾ? ਨਹੀਂ। ਕੌਮ ਨੂੰ ਕੁਛ ਕਹਿਣਾ ਚਾਹੁੰਦੇ ਹੋ? ਕੌਮ ਸਿਆਣੀ ਹੈ, ਉਹ ਜਾਣਦੀ ਹੈ ਉਹਨੇ ਕੀ ਕਰਨਾ। ਸਿਆਣੇ ਸਿਆਣੇ ਵਿਦਵਾਨ ਕੌਮ ਨੂੰ ਸੇਧ ਦੇਣ ਵਾਸਤੇ ਤਿਆਰ ਬੈਠੇ ਨੇ, ਜਿਹੜੇ ਵੀ ਹੈਗੇ ਆਪਣੇ ਆਪ ਨੂੰ ਸਮਝਦੇ। ਮੈਂ ਤਾਂ ਕੋਈ ਕੌਮ ਨੂੰ ਸੇਧ ਦੇਵਾਂ ਇਸ ਯੋਗ ਆਪਣੇ ਆਪ ਨੂੰ ਸਮਝਦਾ ਨਹੀਂ ਹੈ। ਜੇਲ੍ਹ 'ਚ ਰੂਟੀਨ ਕੀ ਹੁੰਦਾ ਗਾ, ਜਿਵੇਂ ਨਿਤਨੇਮ, ਉਸ ਤੋਂ ਬਾਅਦ ਕੀ ਰੂਟੀਨ ਸਾਰੇ ਦਿਨ ਦਾ, 12 ਘੰਟੇ, ਉਸ ਤੋਂ ਬਾਅਦ ਰਾਤ ਦੇ 12, ਕਿਵੇਂ ਲੰਘਦਾ ਸਾਰਾ ਦਿਨ? ਮੇਰਾ ਤਾਂ, ਮੈਂ ਤਾਂ ਬਸ ਜ਼ਿਆਦਾ ਟਾਈਮ ਲੰਬੇ ਪੈ ਕੇ ਹੀ ਕੱਟਦਾ। ਅਖਬਾਰ ਆ ਜਾਂਦਾ, ਮਾੜਾ ਮੋਟਾ ਅਖਬਾਰ ਦੇਖ ਲਈਦੇ ਆ, ਉਹ ਵੀ ਬਸ ਰੱਖਿਆ ਹੀ ਹੁੰਦਾ ਕੋਲ, ਵੀ ਪੜੂੰਗਾ ਪੜੂੰਗਾ, ਪੜ੍ਹਦਾ ਪੁੜਦਾ ਨਹੀਂ ਹੈ। ਪਰ ਕਿਤਾਬਾਂ ਵੀ ਇੱਦਾਂ ਹੀ ਬਸ ਕੋਲ ਲਿਆ ਕੇ ਰੱਖੀਆਂ ਹੋਈਆਂ, ਰੱਖ ਲਈਦੀਆਂ। ਜੇ ਬਾਹਲਾ ਜੇ ਬੋਰ ਹੋਈ ਫਿਰ ਚੱਕੀ ਦੀ, ਨਹੀਂ 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 ਤਾਂ ਬਸ ਸੌਂ ਗਏ, ਉੱਠ ਗਏ, ਫਿਰ ਰੋਟੀ ਖਾ ਲਈ, ਪਾਣੀ, ਨੋਰਮਲ ਜੀਵਨ। ਆਖਰੀ ਕਿਤਾਬ ਜੇ ਮੈਂ ਪੁੱਛਾਂ ਕਿਹੜੀ ਪੜ੍ਹੀ ਸੀ, ਯਾਦ? ਆਖਰੀ ਕਿਤਾਬ ਹੁਣ ਮੈਂ ਪਿੱਛੇ ਜਿਹੇ ਪੜ੍ਹ ਕੇ ਹਟਿਆ, ਬ੍ਰਿਟਿਸ਼ ਹਿਸਟਰੀ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ, ਹਾਲੇ ਸ਼ੁਰੂ ਹੀ ਕੀਤੀ ਸੀ। ਖਾਸ ਵਜ੍ਹਾ ਬ੍ਰਿਟਿਸ਼ ਹਿਸਟਰੀ ਹੀ ਕਿਉਂ? ਕੁਛ ਮੈਂ ਵੈਸੇ ਉਹੀ, ਕੋਈ ਵੀ ਕਿਤਾਬ ਲੈ ਆਉਂਦੇ ਜੇ ਚੰਗੀ ਲੱਗਦੀ ਹੈ ਪੜ੍ਹਦੇ, ਅਸੀਂ ਕਵਰ ਕਰਕੇ ਹਫ਼ਤੇ ਬਾਅਦ ਫਿਰ ਦੂਜੀ ਲੈ ਆਈਦੀ ਹੈ। ਇਹੋ ਜਿਹੀ ਹੈ, ਪੜ੍ਹਦੇ ਪੁੜ੍ਹਦੇ ਤਾਂ ਘੱਟ ਹਾਂ, ਅਤੇ ਉੱਦਾਂ ਵੀ ਹਾਂ ਚੱਲ ਜਾ ਕੇ ਲਾਇਬ੍ਰੇਰੀ ਨਾਲ ਟੱਚ ਰਹੀਦਾ, ਵੀ ਹੋ ਸਕਦਾ ਉਹਨਾਂ ਦੇ ਵਿੱਚੋਂ ਕੋਈ ਜੱਜ ਜੇ ਅਤੇ ਉਹਨੂੰ ਪੜ੍ਹੀ। ਬ੍ਰਿਟਿਸ਼ ਹਿਸਟਰੀ ਬਾਰੇ ਤੁਸੀਂ ਕਿਹਾ ਕਿ ਮੈਂ ਪੜ੍ਹ ਰਿਹਾ ਸੀ, ਉਸ ਤੋਂ ਪਹਿਲਾਂ ਕੁਛ ਕੀ ਪੜ੍ਹ ਰਿਹਾ, ਹੁਣ ਤੱਕ ਕੀ ਪੜ੍ਹਿਆ? ਹੁਣ ਫਿਲਹਾਲ ਤਾਂ ਮੈਂ ਮਤਲਬ ਕਿ ਭਾਈ ਸਾਹਿਬ ਸਿੰਘ ਜੀ ਦਾ ਟੀਕਾ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਕਿ ਗੁਰਬਾਣੀ ਦੇ ਅਰਥ ਮੈਨੂੰ ਪਤਾ ਲੱਗ ਜਾਣ, ਜ਼ਿਆਦਾ ਮੇਰਾ ਧਿਆਨ ਉੱਧਰਲੇ ਪਾਸੇ। ਅਖਬਾਰ ਤੁਸੀਂ ਕਿਹਾ ਕਿ ਆਉਂਦਾ, ਜਿਹੜੇ ਕਰੰਟ ਇਸ਼ੂਜ਼ ਨੇ, ਜਿਹੜੇ ਮੌਕੇ ਦੇ ਜਿਹੜੇ ਹਾਲਾਤ ਨੇ, ਜਾਂ ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਸਾਨ ਮੂਵਮੈਂਟ ਵੀ ਤੁਸੀਂ ਦੇਖਦੇ ਸੁਣਦੇ ਰਹੇ ਹੋਵੋਗੇ, ਉਹਨੇ ਦਿਨ ਦੀਪ ਸਿੱਧੂ ਕਾਫੀ ਚਰਚਾ 'ਚ ਰਹੇ, ਦੀਪ ਸਿੱਧੂ ਨੂੰ ਕੁਝ ਲੋਕ ਅੱਜ ਸ਼ਹੀਦ ਕਹਿ ਰਹੇ ਆ, ਦੀਪ ਸਿੱਧੂ ਦਾ ਐਕਸੀਡੈਂਟ ਹੁੰਦਾ ਗਾ, ਅਤੇ ਉਸ ਤੋਂ ਬਾਅਦ ਇੱਕ ਗਾਇਕ ਪੰਜਾਬ ਦਾ ਸਿੱਧੂ ਮੂਸੇਵਾਲਾ, ਉਹਨਾਂ ਨੂੰ ਲੈ ਕੇ ਵੀ ਕਿਵੇਂ ਦੇਖਦੇ ਉਹਨਾਂ ਨੌਜਵਾਨਾਂ ਨੂੰ? ਜੀ, ਲੋਕਾਂ ਨੂੰ ਉਹਨਾਂ ਤੋਂ ਲੱਗਿਆ ਵੀ ਹਾਂ ਸ਼ਾਇਦ ਇਹ ਨੌਜਵਾਨ ਅੱਗੇ ਅਗਵਾਈ ਕਰਨਗੇ, ਪਰ ਪਰਮੇਸ਼ਰ ਨੇ ਉਹਨਾਂ ਨੂੰ ਜਿੰਨੇ ਕੁ ਸਵਾਸ ਬਖਸ਼ੇ ਸੀ ਉਨੇ ਕੁ ਭੋਗ ਕੇ ਚਲੇ ਗਏ ਉਹ। ਸੋ ਇਸ ਕਰਕੇ ਮੈਂ ਤਾਂ ਸਿਰਫ, ਮੈਂ ਤਾਂ ਸਿਰਫ ਲਿਆ ਕੇ ਰੱਖ ਲਈਦਾ ਵੀ ਪੜ੍ਹਾਂਗੇ ਪੜ੍ਹਾਂਗੇ, ਅਗਲੇ ਦਿਨ ਫਿਰ ਨਵਾਂ ਆ ਜਾਂਦਾ, ਫਿਰ ਉਹ ਪੜ੍ਹ ਜਾ। ਇੰਨਾ ਜ਼ਿਆਦਾ ਕਰੰਟ ਇਸ਼ੂ ਬਾਰੇ ਜ਼ਿਆਦਾ ਵਿਚਾਰ ਨਹੀਂ ਕਰਦਾ। ਹਾਂ ਠੀਕ ਹੈ, ਜਿਵੇਂ ਕਿਸਾਨ ਮੋਰਚਾ ਲੱਗਿਆ ਸੀ, ਸਾਰਿਆਂ ਨੇ ਉਹ ਕੀਤਾ, ਦੇਖੋ ਲੋਕ, ਕਿਉਂਕਿ ਦੇਖੋ ਹੈ ਤਾਂ ਬਣਾਇਆ ਤਾਂ ਲੋਕਾਂ ਨੇ ਹੀ ਹੈ, ਸੰਗਤ ਨਹੀਂ ਬਣਾਇਆ ਹੋਇਆ ਨਾ, ਜੋ ਵੀ ਲੋਕ ਰਾਜ ਹੈ ਇਹ, ਜੇ ਲੋਕ ਚਾਹੁਣ ਤਾਂ ਉਹ ਕਿਸੇ ਵੀ ਲੋਕਾਂ ਦੀ ਮਰਜ਼ੀ ਅਨੁਸਾਰ ਹੀ ਕਾਨੂੰਨ, ਕਿਉਂਕਿ ਲੋਕ ਰਾਜ ਹੈ ਹੀ ਲੋਕਾਂ ਵਾਸਤੇ, ਅਤੇ ਲੋਕ ਚਾਹਣ ਤਾਂ ਚਾਹੇ ਵੋਟਾਂ ਪਾ ਕੇ, ਚਾਹੇ ਇਕੱਠੇ ਹੋ ਕੇ, ਚਾਹੇ ਧਰਨੇ ਦੇ ਕੇ ਆਪਣੇ ਹੱਕਾਂ ਪ੍ਰਤੀ ਸਰਕਾਰ ਤੋਂ ਮੰਗਾਂ ਮੰਗਵਾ ਸਕਦੇ। ਇਹ ਕਿਸਾਨ ਮੋਰਚੇ ਨੇ ਸਾਬਤ ਕੀਤਾ। ਸੰਗਰੂਰ ਬਾਈ ਇਲੈਕਸ਼ਨ ਹੁੰਦੀ ਹੈ, ਸੰਗਰੂਰ ਦੇ ਵਿੱਚ ਜਿਮਣੀ ਚੋਣ ਹੁੰਦੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬੀਬੀ ਕਮਲਜੀਤ ਕੌਰ, ਭਾਈ ਰਾਜੂਆਣਾ ਦੇ ਭੈਣ ਜੀ, ਉਹ ਚੋਣ ਲੜਦੇ ਆ। ਮੁੱਦਾ ਹੁੰਦਾ ਬੰਦੀ ਸਿੰਘਾਂ ਦੀ ਰਿਹਾਈ। ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਚੋਣ ਲੜਦੇ ਆ। ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ ਹੈ, ਮਾਨ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਸਿਮਰਨਜੀਤ ਮਾਨ ਬਾਰੇ ਕੀ ਓਪੀਨੀਅਨ ਆ ਤੁਹਾਡਾ? ਦੇਖੋ, ਇਸ ਤਰ੍ਹਾਂ ਵੀ ਮੈਂ ਤਾਂ ਆਪਣੀ ਭੈਣ ਬੀਬੀ ਕਮਲਦੀਪ ਕੌਰ ਦਾ ਹੀ ਸਮਰਥਨ ਕੀਤਾ ਸੀ ਆਪਣੇ ਵੱਲੋਂ, ਕਿਉਂਕਿ ਉਹ ਬੰਦੀ ਸਿੰਘਾਂ ਦੀ, ਭਾਈ ਰਾਜੂਆਣਾ ਜੀ ਦੀ, ਮਤਲਬ ਕਾਫੀ ਲੰਬੇ ਸਮੇਂ ਤੋਂ ਨਾਲ ਜੁੜੇ ਹੋਏ ਨੇ, ਹੈ ਨਾ, ਇੱਕ ਉਹਨਾਂ ਦਾ ਉਹ ਕੀਤਾ। ਲੇਕਿਨ ਸੰਗਤ ਦੇ ਫੈਸਲੇ ਅੱਗੇ, ਲੋਕਾਂ ਦੇ ਫੈਸਲੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਕੋਈ ਗੱਲ ਨਹੀਂ। ਬਾਕੀ ਰਹੀ ਗੱਲ, ਲੋਕਾਂ ਨੇ ਜੋ ਫੈਸਲਾ ਕੀਤਾ ਉਹ ਮੰਨਣਾ ਪੈਣਾ, ਠੀਕ ਹੈ। ਲੋਕ ਮਾਨ ਸਾਹਿਬ ਨੂੰ ਚਾਹੁੰਦੇ ਨੇ ਕਿ ਉਹ ਅੱਗੇ ਅੱਗੇ ਕਰਨ, ਮੈਨੂੰ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਲੋਕ ਕੱਲ੍ਹ ਨੂੰ ਕਿਸੇ ਹੋਰ ਨੂੰ ਵੀ ਚਾਹਣਗੇ, ਮੈਨੂੰ ਉਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈ। ਮੈਂ ਪਹਿਲਾਂ ਕਿਹਾ ਨਾ, ਅਸੀਂ ਤਾਂ ਆਪਣਾ ਕਿਰਤ ਕਰਕੇ ਉਹ ਖਾਣਾ, ਅਸੀਂ ਤਾਂ ਉਹਨਾਂ ਦੇ ਰਾਜ ਦੇ ਵਿੱਚ ਵੀ ਉਹੀ ਕੰਮ ਕਰਨੇ, ਚਾਹੇ ਜਿਹੜਾ ਵੀ ਕਰੂਗਾ। ਮੈਂ ਰਾਜਾ ਬਣਨ ਦੇ ਵਿੱਚ ਤਾਂ ਉੱਧਰ ਨੂੰ ਤਾਂ ਨਾ ਹੀ ਮੈਨੂੰ ਬੁਲਾਉਣਾ ਕਿਸੇ ਨੇ, ਨਾ ਹੀ ਮੈਂ ਉਸ ਯੋਗ ਹਾਂ।
ਇਸ ਕਰਕੇ ਜਿਹੜਾ ਵੀ ਹੋਊਗਾ ਅਸੀਂ ਤਾਂ ਜਿਹੜਾ ਜਿੰਨਾ ਵੀ ਜਿਹੜਾ ਵੀ ਕੰਮ ਸਾਨੂੰ ਸੌਂਪਿਆ ਜਾਊਗਾ ਉਹੋ ਜਿਹਾ ਕਰਕੇ ਕਿਰਤੀ ਸਿੰਘ ਹਾਂ ਅਸੀਂ ਆਪਣੀ ਕਿਰਤ ਕਰਕੇ ਖਾਣਾ ਉੱਦਾਂ ਖਾਂਦੇ ਰਹਿਣਾ। ਕੋਈ ਗੱਲ ਰਹਿ ਗਈ ਹੋਵੇ ਤੁਹਾਨੂੰ ਲੱਗਦਾ ਹੋਵੇ, ਕੋਈ ਗੱਲ ਕਹਿਣੀ ਚਾਹੁੰਦੇ ਹੋਵੋ ਮਨ 'ਚ ਹੋਵੇ? ਹਾਂ, ਮੇਰੇ ਮਨ ਦੇ ਵਿੱਚ ਇਹ ਗੱਲ ਹੈ, ਮੈਂ ਆਪ ਜੀ ਰਾਹੀਂ ਸਰਕਾਰਾਂ ਨੂੰ, ਲੋਕਾਂ ਨੂੰ, ਆਪਣੇ ਸਮਾਜ ਨੂੰ ਇਹ ਕਹਿਣਾ ਚਾਹੁੰਦਾ ਕਿ ਭਾਵੇਂ ਜਿੱਦਾਂ ਵੀ ਮੇਰੇ 'ਤੇ ਉਹਨਾਂ ਨੇ ਕੇਸ ਪਾਇਆ, ਝੂਠਾ ਪਾਇਆ, ਪਰ ਫਿਰ ਵੀ ਮੈਨੂੰ ਸਜ਼ਾ ਵੀ ਹੋਈ, ਮੈਂ ਇੰਨੀ ਸਜ਼ਾ ਕੱਟ ਵੀ ਲਈ ਹੈ, ਲੇਕਿਨ ਫਿਰ ਵੀ ਜੱਜ ਸਾਹਿਬ ਨੇ, ਤੁਸੀਂ ਕਿਹਾ ਸੀ ਨਾ ਵੀ ਉਹ ਇੱਦਾਂ, ਹੈ ਨਾ, ਜੱਜ ਸਾਹਿਬ ਨੇ ਸਾਡੇ 3 ਵਿਅਕਤੀਆਂ ਬਾਰੇ, ਜਿਹਨਾਂ ਵਿੱਚ ਮੇਰਾ ਨਾਮ ਵੀ ਸ਼ਾਮਿਲ ਹੈ, ਸਪੈਸ਼ਲ 1642 ਨੰਬਰ ਪਹਿਰੇ ਦੇ ਵਿੱਚ ਲਿਖਿਆ ਹੋਇਆ ਕਿ ਇਹਨਾਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਸਮਾਜ ਵਿੱਚ ਵਿਚਰਨ ਦਾ ਮੌਕਾ ਦਿੱਤਾ ਜਾ ਸਕਦਾ। ਹਾਈ ਕੋਰਟ ਨੇ ਵੀ ਇੱਦਾਂ ਹੀ ਲਿਖਿਆ ਹੋਇਆ, ਮਾਨਯੋਗ ਹਾਈ ਕੋਰਟ ਨੇ, ਕਿ ਇਹ ਇੱਕ ਮੇਅਰ ਪਾਨ ਸੀਗੇ, ਮੋਹਰੇ ਸੀਗੇ, ਇਹਨਾਂ ਨੂੰ ਨਹੀਂ ਪਤਾ ਸੀ ਵੀ ਕੀ ਹੋ ਰਿਹਾ, ਅਤੇ ਉਹਨਾਂ ਨੇ ਵੀ ਐਜ਼ਿਟ ਸਾਡੀ ਸਜ਼ਾ ਬਰਕਰਾਰ ਰੱਖੀ ਹੈ। ਵੀ ਸਾਨੂੰ ਅਤੇ ਜਿੰਨੇ ਵੀ ਵਿਅਕਤੀ 14 ਸਾਲ ਤੋਂ ਵੱਧ ਸਜ਼ਾ ਕੱਟ ਚੁੱਕੇ ਨੇ, ਭਾਵੇਂ ਉਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ, ਇੱਕ ਵਾਰ ਜੀਵਨ ਦੇ ਵਿੱਚ ਉਹਨਾਂ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ, ਜੇ ਠੀਕ ਰਹਿੰਦੇ ਨੇ ਬਾਹਰ ਆ ਕੇ, ਠੀਕ ਹੈ, ਨਹੀਂ ਫਿਰ ਵੀ ਸਰਕਾਰਾਂ ਕੋਲ ਨਾ ਤਾਂ ਕਾਗਜ਼ਾਂ ਦੀ ਕਮੀ ਹੈ, ਨਾ ਹੀ ਕੇਸਾਂ ਦੀ ਕਮੀ ਹੈ, ਜੇ ਅਗਲਾ ਗਲਤੀ ਕਰਦਾ ਫਿਰ ਕੇਸ ਪਾ ਕੇ ਬੰਦੇ ਨੂੰ ਅੰਦਰ ਕੀਤਾ ਜਾ ਸਕਦਾ, ਲੇਕਿਨ ਇੱਕ ਮੌਕਾ ਜ਼ਰੂਰ ਹਰ ਇੱਕ ਨੂੰ ਮਿਲਣਾ ਚਾਹੀਦਾ, ਇਹ ਮੇਰਾ ਸਾਰਿਆਂ ਨੂੰ ਅਪੀਲ ਹੈ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸੀਗੇ ਭਾਈ ਗੁਰਮੀਤ ਸਿੰਘ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਇਹਨਾਂ ਦਾ ਨਾਂ ਸੀ। ਇਹ ਕਹਿ ਰਹੇ ਨੇ ਕਿ ਨਾਜਾਇਜ਼ ਜਿਹੜਾ ਮੇਰਾ ਨਾਂ ਪਾਇਆ ਗਿਆ, ਮੇਰਾ ਕੋਈ ਸੰਬੰਧ ਨਹੀਂ ਸੀ, ਅਤੇ ਬਹੁਤ ਵੱਡਾ ਜਿਹੜਾ ਫਰਕ ਹੈ ਆਜ਼ਾਦੀ ਅਤੇ ਗੁਲਾਮੀ ਦਾ ਫਰਕ, ਕਹਿ ਰਹੇ ਨੇ ਕਿ ਆਜ਼ਾਦੀ ਕੀ ਹੈ, ਗੁਲਾਮੀ ਕੀ ਹੈ, ਜੇ ਕਿਸੇ ਨੇ ਜਾਣਨਾ ਹੋਵੇ ਤਾਂ ਉਹ ਮੇਰੇ ਕੋਲ ਆ ਸਕਦਾ, ਫਕੀਰੀ ਕੀ ਹੈ, ਅਤੇ ਇਹ ਮੈਂ ਦੱਸ ਸਕਦਾ 3 ਕੱਪੜਿਆਂ 'ਚ ਜ਼ਿੰਦਗੀ ਕਿਵੇਂ ਕੱਟਣੀ ਹੈ, ਜੇਲ੍ਹ ਦੀਆਂ ਕਾਲੀਆਂ ਕੰਧਾਂ, ਜੇਲ੍ਹ ਦਾ ਕਾਲਾ ਸੱਚ ਕੀ ਹੈ, ਕਿਵੇਂ ਲੰਘੇ ਉਸ 27 ਵਰੇ, ਇਹ ਚਾਨਣਾ ਇਹਨਾਂ ਨੇ ਸਾਡੇ ਨਾਲ ਪਾਇਆ। ਕੈਮਰਾਮੈਨ ਧਰਮ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ TV ਪਟਿਆਲਾ।